ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪਿਆਰਾ ਜਸਵਿੰਦਰ ਸਿੰਘ ਸੰਧੂ। ਆਓ ਅੱਜ ਆਪਾਂ ਗੱਲ ਕਰਦੇ ਹਾਂ ਜੱਟਾਂ ਦੀ, ਕਿਸਾਨਾਂ ਦੀ, ਜਿਹੜੇ ਫਸਲੀ ਚੱਕਰ ਵਿੱਚ ਅੜੇ ਹੋਏ ਆ ਅਤੇ ਆਪਣੀਆਂ ਕਮਾਈਆਂ, ਕਿਰਤ ਕਮਾਈਆਂ ਜਿਹੜੀਆਂ ਉਹਨਾਂ 'ਚ ਵਾਧਾ ਨਹੀਂ ਹੋ ਰਿਹਾ। ਅਤੇ ਅੱਜ ਅਸੀਂ ਤੁਹਾਨੂੰ ਦਿਖਾਉਣੇ ਹਾਂ ਇੱਕ ਉਹ ਖੇਤੀ ਜਿਹੜੀ ਪੰਜਾਬ ਤੋਂ ਹਟ ਕੇ ਬਾਹਰਲੇ ਰਾਜਾਂ 'ਚ ਕੀਤੀ ਜਾਂਦੀ ਸੀ, ਸਟ੍ਰਾਬੈਰੀ ਦੀ ਖੇਤੀ। ਅਸੀਂ ਅੱਜ ਪਹੁੰਚੇ ਹਾਂ ਆਪਣੇ ਕਿਸਾਨ ਵੀਰਾਂ ਦੇ ਵੀਰ ਦੇ ਖੇਤ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਸਨੇ ਆਪਣੇ ਖੇਤ 'ਚ ਬੜੇ ਹੀ ਸੁਚੱਜੇ ਢੰਗ ਨਾਲ ਜਿਹੜੀ ਸਟ੍ਰਾਬੈਰੀ ਦੀ ਖੇਤੀ ਕੀਤੀ ਹੋਈ ਹੈ, ਜਿਹੜੀ ਅੱਤ ਕੀਮਤੀ ਖੇਤੀ ਹੈ, ਜਿਸ ਦੀ ਜਿਹੜੀ ਬਹੁਤ ਹੀ ਕੀਮਤ ਆ, ਜਿਹੜੀ ਵਡਮੁੱਲੀਆਂ ਜਿਹੜੀਆਂ ਸੇਵਾਵਾਂ ਉਹਨੂੰ ਦੇਣੀਆਂ ਪੈਂਦੀਆਂ, ਅਤੇ ਜਿਹੜੇ ਉਹ ਜਿਹੜੀ ਫਸਲ ਵੀ, ਬੰਪਰ ਫਸਲ ਜਿਹੜੀ ਉਹਦੀ ਪੈਦਾ ਹੋਣ ਲਈ ਹੱਡ ਭੰਨਵੀਂ ਮਿਹਨਤ ਸਮਝ ਲਓ ਜਿਹੜੀ ਪਹਿਲਾਂ ਬਜ਼ੁਰਗ ਸਾਡੇ ਕਰਦੇ ਰਹੇ ਉਹ ਕੀਤੀ ਜਾਂਦੀ ਹੈ। ਅੱਜ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਉੱਦਮੀ ਨੌਜਵਾਨ ਮੋਗੇ ਪਿੰਡ ਦਾ ਜਿਹੜਾ ਹੈਗਾ, ਉਸਨੇ ਜਿਹੜੀ ਆਪਣੇ ਖੇਤ 'ਚ ਜਿਹੜੀ ਸਟ੍ਰਾਬੈਰੀ ਦੀ ਖੇਤੀ ਕੀਤੀ ਹੋਈ ਹੈ, ਕਿਸ ਤਰ੍ਹਾਂ ਜਿਹੜਾ ਉਹਦਾ ਖੇਤ ਹਰਿਆ ਭਰਿਆ, ਅਤੇ ਉਸਦੇ ਖੇਤਾਂ 'ਚ ਲਾਲ ਰੰਗ ਦੀ ਸਟ੍ਰਾਬੈਰੀ ਨੇ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਣਾ ਕਮਾਲ ਦਿਖਾਇਆ ਹੋਇਆ, ਅਤੇ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਵੀ ਦੂਰੋਂ ਦੂਰੋਂ ਉਸਦੀ ਖੇਤੀ ਨੂੰ ਦੇਖਣ ਲਈ ਆਉਂਦੇ ਆ। ਇਹ ਅੱਜ ਲੋੜ ਹੈ ਅਜਿਹੇ ਉੱਦਮੀ ਕਿਸਾਨਾਂ ਤੋਂ ਸੇਧ ਲੈਣ ਦੀ, ਜਿਹੜੇ ਕਿਸਾਨਾਂ ਲਈ, ਸਾਡੇ ਕਿਸਾਨ ਵੀਰਾਂ ਲਈ ਪ੍ਰੇਰਨਾ ਸਰੋਤ ਬਣਦੇ ਆ। ਆਓ ਅੱਜ ਆਪਾਂ ਉਸ ਨੌਜਵਾਨ ਨਾਲ ਵੀ ਜਾਣਦੇ ਹਾਂ, ਉਸ ਨਾਲ ਗੱਲਬਾਤ ਕਰਦੇ ਹਾਂ ਕਿ ਉਸਨੂੰ ਕਿਸ ਤਰ੍ਹਾਂ ਸਟ੍ਰਾਬੈਰੀ ਖੇਤੀ ਕਰਨ ਵਾਲਾ ਉਹਦਾ ਜਿਹੜਾ ਝੁਕਾਅ ਹੋਇਆ, ਕੋਸ਼ਿਸ਼ ਕਰਦੇ ਹਾਂ ਉਸ ਤੋਂ ਉਸਦੀਆਂ ਬਰੀਕੀਆਂ ਜਾਣਨ ਦੀ। ਤੁਸੀਂ ਦੇਖ ਸਕਦੇ ਹੋ ਕਿ ਸਟ੍ਰਾਬੈਰੀ ਦੀ ਕਿੱਡੀ ਸੋਹਣੀ ਫਸਲ ਜਿਹੜੀ ਹੈਗੀ ਹੈ ਉਹ ਇਹਦੇ ਖੇਤ 'ਚ ਖੜੀ ਹੈ, ਜਿਹਨੂੰ ਦੇਖ ਨੂੰ ਬੜਾ ਮਨ ਨੂੰ ਖੁਸ਼ੀ ਮਿਲ ਰਹੀ ਹੈ, ਮਨ ਭਾਉਂਦਾ ਹੈਗਾ। ਆਓ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਸਕਦੇ ਹੋ ਕਿ ਸਾਡਾ ਵੀਰ ਜਿਹੜਾ ਖੁਦ ਖੇਤਾਂ ਚੋਂ ਜਿਹੜੀ ਆਪਣੀ ਸਟ੍ਰਾਬੈਰੀ ਦੀ ਫਸਲ ਤੋੜ ਕੇ ਲਿਆ ਰਿਹਾ ਹੈ। ਆਓ ਗੱਲ ਕਰਦੇ ਹਾਂ ਵੀਰ ਜੀ, ਤੁਹਾਡਾ ਕੀ ਨਾਮ ਹੈ? ਸਰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ। ਜਸਪ੍ਰੀਤ ਸਿੰਘ ਜੀ, ਬੜੀ ਖੁਸ਼ੀ ਹੋਈ ਤੁਹਾਡੇ ਖੇਤ ਨੂੰ ਦੇਖ ਕੇ, ਤੇ ਕਿਵੇਂ ਮਹਿਸੂਸ ਕਰ ਰਹੇ ਹੋ? ਪਹਿਲਾਂ ਤਾਂ ਇਹ ਦੱਸੋ, ਤੁਸੀਂ ਬੜੀ ਹੱਡ ਭੰਨਵੀਂ ਮਿਹਨਤ ਕੀਤੀ ਹੋਣੀ ਹੈ ਇੱਥੋਂ ਤੱਕ ਪਹੁੰਚੇ ਹੋ, ਕਿਵੇਂ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ? ਜਦੋਂ ਆਪਾਂ ਨਾ ਪੂਰੀ ਜ਼ੋਰ ਲੱਗਾ ਹੋਵੇ ਆਪਣਾ ਵੀ ਪੂਰਾ, ਵੀ ਆਪਾਂ ਕਿਸੇ ਫੀਲਡ 'ਚ ਕਾਮਯਾਬ ਹੋਣਾ, ਮਿਹਨਤ ਕੀਤੀ ਹੋਵੇ, ਜਦੋਂ ਉਹਨੂੰ ਫਲ ਪੈਂਦਾ ਨਾ, ਤੇ ਆਪਾਂ ਨੂੰ ਮਨ ਨੂੰ ਇੱਕ ਸਕੂਨ ਜਿਹਾ ਮਿਲਦਾ, ਆਪਾਂ ਵੀ ਵਾਕਈ ਜਿਹੜੀ ਫੀਲਡ 'ਚ ਵੜੇ ਸੀ ਆਪਾਂ ਉਹਨੂੰ ਕਾਮਯਾਬ ਕਰ ਲਿਆ, ਉਹਦੇ ਨਾਲ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਵੀ ਆਪਾਂ ਹਾਂ ਵੀ ਫੇਲ ਨਹੀਂ ਹੋਏ, ਆਪਾਂ ਇਸ ਫੀਲਡ 'ਚ ਪਾਸ ਹੋਏ ਹਾਂ, ਉਹਦੇ ਨਾਲ ਬਹੁਤ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਜੀ। ਬਿਲਕੁਲ ਜਸਪ੍ਰੀਤ ਜੀ, ਹੋਣੀ ਵੀ ਸੁਭਾਵਿਕ ਹੀ ਆ, ਹੋਣੀ ਵੀ ਚਾਹੀਦੀ ਆ, ਨਹੀਂ ਤਾਂ ਸਾਡੇ ਜੱਟਾਂ ਦੇ ਮੁੰਡੇ ਜਿਹੜੇ ਆ, ਅਸੀਂ ਦੇਖਦੇ ਹਾਂ ਅੱਜ ਦਾ ਕਲਚਰ ਪੈਦਾ ਹੋ ਗਿਆ, ਖੇਤੀ ਕਰਦੇ ਜ਼ਰੂਰ ਆ, ਲੇਕਿਨ ਉਹ ਫਾਰਮੈਲਿਟੀ ਖੇਤੀ ਅਸੀਂ ਕਹਿ ਸਕਦੇ ਹਾਂ, ਕਣਕ ਝੋਨੇ ਦੇ ਚੱਕਰ 'ਚੋਂ ਬਾਹਰ ਹੀ ਨਿਕਲ ਰਹੇ। ਜਿਹੜਾ ਤੁਸੀਂ ਆ ਸਟ੍ਰਾਬੈਰੀ ਵੱਲ ਝੁਕਾਅ ਕੀਤਾ, ਹੋਰ ਵੀ ਤੁਸੀਂ ਫਸਲਾਂ ਉਗਾਉਣੇ ਹੋ, ਥੋੜ੍ਹਾ ਇਹਦੇ ਬਾਰੇ ਚੱਲਣਾ ਪਾਓ, ਤੁਹਾਨੂੰ ਕਿਵੇਂ ਜਾਗ ਲੱਗੀ, ਹਟ ਕੇ ਖੇਤੀ ਕਰਨ ਵੱਲ ਤੁਸੀਂ ਕਿਵੇਂ ਮੁੜੇ? ਜਿੱਦਾਂ ਆਪਾਂ ਆਮ ਹੀ ਗੱਲ ਕਰਦੇ ਹੁੰਦੇ ਹਾਂ, ਆਪਾਂ ਕਣਕ ਝੋਨੇ ਦੀ ਰਵਾਇਤੀ ਫਸਲਾਂ ਜਿਹੜੀਆਂ ਆਪਾਂ ਆਮ ਹੀ ਬੀਜਦੇ ਰਹਿੰਦੇ ਹਾਂ, ਉਹਨਾਂ ਦੇ ਵਿੱਚ ਕੀ ਹੈ, ਇੱਕ ਫਿਕਸ ਜੀ ਅਮਾਊਂਟ ਦੀ ਆਪਾਂ ਨੂੰ ਕਮਾਈ ਹੁੰਦੀ ਹੈ। ਜਿਵੇਂ ਮੰਨ ਲਓ ਜੇ 40,000 ਦੀ ਕਣਕ ਨਿਕਲੀ ਹੈ ਅਤੇ 50,000 ਦਾ ਝੋਨਾ ਹੋ ਗਿਆ, ਖਰਚੇ ਉਹਨਾਂ 'ਤੇ ਵੀ ਕਾਫੀ ਵਧੀ ਜਾਂਦੇ ਆ, ਠੇਕੇ ਵੀ ਜ਼ਮੀਨਾਂ ਦੇ ਵਧੀ ਜਾਂਦੇ, ਅਤੇ ਕਮਾਈ ਤਾਂ 10,000 ਹੀ ਕਿੱਲੇ 'ਚ ਨਿਕਲਦੀ ਆ। ਜੇ ਆਪਾਂ ਮੰਨ ਲਓ ਵੀ ਉਹੀ ਫਸਲਾਂ ਦੀ ਖੇਤੀ ਕਰੀ ਜਾਵਾਂਗੇ, ਅਤੇ ਉਹ ਆੜ੍ਹਤੀਏ ਦਾ ਘਰ ਹੀ ਭਰਦੇ ਹਾਂ, ਆਪਣੇ ਪੱਲੇ ਕੁਛ ਨਹੀਂ ਪੈਂਦਾ ਐਟ ਲਾਸਟ, ਹੈ ਨਾ? ਅਤੇ ਮੰਨ ਲਓ ਆਪਾਂ ਕੋਈ ਫਸਲ, ਹੁਣ ਸਾਰੀਆਂ ਸਰਕਾਰਾਂ ਦਾ ਵੀ ਹਰ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਵੀ ਆਪਾਂ ਕਿਸਾਨਾਂ ਨੂੰ ਉਤਸ਼ਾਹਿਤ ਕਰੀਏ ਕ੍ਰੋਪ ਡਾਇਵਰਸੀਫਿਕੇਸ਼ਨ 'ਤੇ, ਵੀ ਉਹ ਫਸਲੀ ਵਿਭਿੰਨਤਾ ਵਾਲੇ ਪਾਸੇ ਕਿਸਾਨ ਆਉਣ। ਅਤੇ ਮੰਨ ਲਓ ਆਪਣਾ ਵੀ ਇਹ ਥੋੜ੍ਹਾ ਜਿਹਾ ਮਨ ਸੀਗਾ ਵੀ ਕਣਕ ਝੋਨਾ ਤਾਂ ਆਪਾਂ ਕਰ ਹੀ ਰਹੇ ਹਾਂ, ਕੁਛ ਵੱਖਰਾ ਕਰੀਏ, ਅਤੇ ਆਮ ਕੁਛ ਕੁ ਫਾਰਮਰਾਂ ਨਾਲ ਵਿਜ਼ਿਟਾਂ ਕੀਤੀਆਂ ਜੋ ਇਸ ਪਾਸੇ ਪਹਿਲਾਂ ਤੋਂ ਚੱਲ ਰਹੇ ਸੀ, ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਦੇਖਿਆ ਵੀ ਵਾਕਈ ਹਾਂ ਵੀ ਉਹ ਇਸ ਚੀਜ਼ ਨੂੰ ਕਾਮਯਾਬ ਕਰ ਰਹੇ ਆ, ਪਰ ਮਿਹਨਤ ਕਰਕੇ ਹੀ ਕਾਮਯਾਬ ਕਰ ਸਕਦੇ ਹਾਂ ਆਪਾਂ। ਅਤੇ ਹੌਲੀ ਹੌਲੀ ਮੇਰਾ ਵੀ ਥੋੜ੍ਹਾ ਇੰਟਰਸਟ ਬਣ ਗਿਆ ਵੀ ਆਪਾਂ ਵੀ ਕੁਛ ਆਮ ਲੋਕਾਂ ਨਾਲ ਵੱਖਰਾ ਚੱਲ ਗਏ ਜਾਂ ਵੱਖਰੀ ਫਸਲ ਕਿਸੇ ਪਾਸੇ ਆ ਗਏ, ਤਾਂ ਥੋੜ੍ਹੇ ਜਿਹੇ ਛੋਟੇ ਲੈਵਲ 'ਤੇ ਇੱਕ ਟ੍ਰਾਇਲ ਲਾਇਆ ਸੀਗਾ ਜੋ ਸਕਸੈਸਫੁਲ ਰਿਹਾ, ਫਿਰ ਅਗਲੇ ਸਾਲ ਥੋੜ੍ਹਾ ਜਿਹਾ ਹੋਰ ਉਹਨੂੰ ਐਕਸਟੈਂਡ ਕਰਤਾ, ਅਤੇ ਤੀਸਰੇ ਸਾਲ ਹੋਰ ਐਕਸਟੈਂਡ ਕਰਤਾ, ਯਾਨੀ ਕਿ ਮੌਸਮ ਦਾ ਵੀ ਪਤਾ ਲੱਗਦਾ ਰਿਹਾ, ਨੌਲੇਜ ਵੀ ਗੇਨ ਹੁੰਦੀ ਗਈ, ਜਾਂ ਕਮੀਆਂ ਵੀ ਪਤਾ ਲੱਗਦੀਆਂ ਰਹੀਆਂ ਜਿਹੜੀਆਂ ਆਪਣੀਆਂ ਪਿਛਲੇ ਸਾਲ 'ਚ ਕੀ ਕਮੀਆਂ ਸੀਗੀਆਂ, ਅਤੇ ਉਹਨਾਂ ਨੂੰ ਦਰੁਸਤ ਕਰਦੇ ਗਏ, ਅਤੇ ਹੌਲੀ 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 ਆਪਾਂ ਸਕਸੈਸ ਵਾਲੇ ਪਾਸੇ ਹੋਏ।
ਪਹਿਲਾਂ ਤਾਂ ਬਹੁਤ ਵਧੀਆ ਗੱਲ ਹੈ ਵੀ ਤੁਸੀਂ ਸਟ੍ਰਾਬੇਰੀ ਨੂੰ ਉਗਾਉਣ 'ਚ ਪੰਜਾਬ ਦੀ ਧਰਤੀ 'ਚ ਉਗਾਉਣ 'ਚ ਕਾਮਯਾਬ ਹੋ, ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਅਸੀਂ ਆਪਣੇ ਪੱਧਰ 'ਤੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ, ਤੁਸੀਂ ਨੌਜਵਾਨਾਂ ਨੂੰ ਸਾਡੇ ਪੰਜਾਬ ਦੇ ਸਾਨੂੰ ਨਵੀਂ ਸੇਧ ਦਿਓਗੇ। ਇਹਦੇ 'ਚ ਇੱਕ ਗੱਲ ਹੋਰ ਦੱਸੋ, ਤੁਹਾਨੂੰ ਡਰ ਨਹੀਂ ਲੱਗਾ ਕਿਉਂਕਿ ਅੱਧ ਕੀਮਤੀ ਜਿਹੜੀ ਇਹ ਫਸਲ ਹੈ, ਇੱਥੇ ਲੱਖਾਂ ਰੁਪਏ ਖਰਚ ਵੀ ਆਉਂਦੇ ਆ ਇਸ ਨੂੰ ਉਗਾਉਣ 'ਤੇ, ਕਿਉਂਕਿ ਪਹਿਲਾਂ ਅਸੀਂ ਨਹੀਂ ਦੇਖਦੇ ਸਾਡੇ ਇਲਾਕੇ 'ਚ ਕੋਈ ਸਫਲ ਹੋਇਆ ਹੋਵੇ ਅਜਿਹੇ ਉੱਦਮ ਕਰਦਾ। ਤੁਸੀਂ ਕਿਵੇਂ ਇੱਧਰ ਉਲਾਇਰ ਕੀਤਾ? ਹੁਣ ਦੇਖੋ ਜੀ, ਗੱਲ ਤਾਂ ਉੱਥੇ ਆ ਗਈ, ਮੰਨ ਲਓ ਵੀ ਆਪਾਂ ਜੇ ਕਿਸੇ ਪਾਸੇ ਨਿਕਲਣਾ ਆਪਾਂ ਨੂੰ ਪੈਰ ਤਾਂ ਪੱਟਣਾ ਹੀ ਪੈਣਾ, ਉਹ 'ਚ ਰਿਸਕ ਤਾਂ ਹੈ, ਇਹ 'ਚ ਕੋਈ ਸ਼ੱਕ ਨਹੀਂ ਰਿਸਕ ਹੈ, ਪਰ ਰਿਸਕ ਤੋਂ ਬਿਨਾਂ ਅੱਜ ਕੱਲ੍ਹ ਦੇ ਸਮੇਂ 'ਚ ਕੋਈ ਵੀ ਕਾਮਯਾਬ ਨਹੀਂ ਹੋ ਸਕਦੇ। ਆਪਾਂ ਜੇ ਆਪਾਂ ਕੋਈ ਨਾ ਕੋਈ ਰਿਸਕ ਲੈ ਕੇ ਅੱਗੇ ਨਿਕਲਾਂਗੇ ਤਾਂ ਹੀ ਆਪਾਂ ਪੈਰ ਜਮਾ ਸਕਦੇ ਹਾਂ। ਅਤੇ ਉਹੀ ਗੱਲ ਵੀ ਰਿਸਕ ਤਾਂ ਲਿਆ, ਪਰ ਆਪਾਂ ਤਾਂਹੀਓ ਛੋਟੇ ਟਰਾਇਲ ਛੋਟੇ ਲੈਵਲ 'ਤੇ ਕੀਤਾ ਵੀ ਉਹਨੂੰ ਪਹਿਲਾਂ ਅਜਮਾਇਆ ਵੀ ਜੇ ਆਪਾਂ ਉਹਦੇ 'ਚ ਘਾਟਾ ਖਾਵਾਂਗੇ ਤਾਂ ਥੋੜ੍ਹਾ ਜਿਹਾ ਖਾਵਾਂਗੇ, ਵੀ ਵੱਡੇ ਲੈਵਲ 'ਤੇ ਘਾਟਾ ਨਾ ਖਾਵਾਂਗੇ। ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਛੋਟੇ ਲੈਵਲ 'ਤੇ ਕੀਤਾ, ਉਹਦੇ ਵਿੱਚੋਂ ਇੰਨੀ ਕੁ ਕਮਾਈ ਆਪਾਂ ਨੂੰ ਇੰਨੇ ਕੁ ਏਰੀਏ 'ਚ ਹੋ ਗਈ, ਅਤੇ ਫਿਰ ਆਪਾਂ ਹੌਲੀ ਹੌਲੀ ਵਧਾਉਣਾ ਸ਼ੁਰੂ ਕੀਤਾ ਵੀ ਆਪਾਂ ਨੂੰ ਵੀ ਜੇ ਮੁਨਾਫਾ ਨਾ ਹੋਊ ਤਾਂ ਆਪਾਂ ਨੂੰ ਘਾਟਾ ਵੀ ਨਾ ਪਵੇ। ਹੌਲੀ ਹੌਲੀ ਆਪਾਂ ਨੂੰ ਜੇ ਨੌਲੇਜ ਕਿਸੇ ਵੀ ਫਸਲ ਬਾਰੇ ਆ ਜਾਂਦੀ ਹੈ ਤਾਂ ਫਿਰ ਆਪਾਂ ਉਹ ਘਾਟੇ ਵਾਲੇ ਪਾਸੇ ਨਹੀਂ ਸੋ ਸਕਦੇ। ਹਾਂ, ਕੁਦਰਤੀ ਮਾਰ ਤਾਂ ਹਰੇਕ ਫਸਲ 'ਤੇ ਪੈ ਸਕਦੀ ਆ, ਚਾਹੇ ਉਹ ਸਟ੍ਰੋਬਰੀ ਹੈ ਚਾਹੇ ਉਹ ਕਣਕ ਝੋਨਾ, ਹਰੇਕ 'ਤੇ ਕੁਦਰਤੀ ਮਾਰ ਨਾਲ ਘਾਟਾ ਪੈ ਸਕਦਾ। ਹਾਂ ਬਿਲਕੁਲ ਪੈ ਸਕਦਾ, ਪਰ ਕਦੇ ਤੁਹਾਨੂੰ ਇਸ ਖੇਤੀ ਕਰਦਿਆਂ ਨੂੰ ਫੇਲਰ ਵੀ ਦਾ ਸਾਹਮਣਾ ਵੀ ਕਰਨਾ ਪਿਆ, ਕਦੇ ਤੁਸੀਂ ਅਸਫਲਤਾ ਵੀ। ਹਾਂ, ਇਹ ਵਧੀਆ ਗੱਲ ਕੀਤੀ ਤੁਸੀਂ ਇਹ 'ਚ। ਹੁਣ ਦੇਖੋ, ਮੈਂ ਪਹਿਲਾਂ ਹੀ ਗੱਲ ਕਹਿਤੀ ਕੁਦਰਤੀ ਮਾਰ ਹੈ ਨਾ, ਫੇਲੀਅਰ ਆਪਾਂ ਆਪਣੀ ਮਿਹਨਤ ਵਾਲੇ ਪਾਸੇ ਤਾਂ ਨਹੀਂ ਫੇਲ ਹੋਏ, ਪਰ ਮੌਸਮ ਨੇ ਆਪਾਂ ਨੂੰ ਕਈ ਵਾਰ ਫੇਲ ਕੀਤਾ ਵਾ। ਜਾਂ ਪਿਛਲੇ ਸਾਲ ਆਪਾਂ ਨੂੰ ਕੀ ਸੀਗਾ, ਉਮੀਦ ਬਹੁਤ ਹੁੰਦੀ ਆ ਹਰ ਇੱਕ ਫਸਲ ਤੋਂ, ਹਰੇਕ ਜ਼ਿਮੀਂਦਾਰ ਨੂੰ ਵੀ ਮੇਰੀ ਫਸਲ ਬਹੁਤ ਵਧੀਆ ਨਿਕਲੇ। ਪਿਛਲੇ ਸਾਲ ਫਸਲ ਬਹੁਤ ਸੋਹਣੀ ਸੀ ਪਰ ਮੌਸਮ ਨੇ ਨਹੀਂ ਸਾਥ ਦਿੱਤਾ। ਪਿਛਲੇ ਸਾਲ ਰੈਗੂਲਰ ਹੀ ਬਾਰਿਸ਼ ਹੁੰਦੀ ਰਹੀ, ਇੱਕ ਮਹੀਨਾ ਜਨਵਰੀ ਤੋਂ ਅੱਜ ਮਿਡ ਫਰਵਰੀ ਤੱਕ ਮੌਸਮ ਨਹੀਂ ਵਧੀਆ ਰਿਹਾ, ਅਤੇ ਉਹ ਹੀ ਇਹਦਾ ਪੀਕ ਸੀਜ਼ਨ ਹੁੰਦਾ ਸਟ੍ਰੋਬਰੀ ਦਾ। ਉਹਦੇ ਵਿੱਚ ਆਪਾਂ ਨੂੰ ਚਲੋ ਲੌਸ ਲੱਗਾ, ਪਰ ਆਪਾਂ ਘਾਟੇ 'ਚ ਨਹੀਂ ਰਹੇ, ਪ੍ਰੋਫਿਟ ਤਾਂ ਸੀ ਪਰ ਪ੍ਰੋਫਿਟ ਘੱਟ ਰਿਹਾ ਇਸ ਸਾਲ ਦੇ ਮੁਕਾਬਲੇ। ਬਿਲਕੁਲ ਜੀ, ਬੜੀ ਵਧੀਆ ਗੱਲ ਆ। ਸਭ ਤੋਂ ਦਰਸ਼ਕ ਵੀਰੋ, ਤੁਸੀਂ ਦੇਖੋ ਸਭ ਤੋਂ ਵਧੀਆ ਗੱਲ ਆ ਵੀ ਜਿਸ ਇਸ ਸਾਈਜ਼ ਦਾ ਕਦੇ ਤੁਸੀਂ ਜਿਹੜਾ ਸਟ੍ਰਾਬੇਰੀ ਆਪਣੇ ਪੰਜਾਬ 'ਚ ਦੇਖਿਆ ਨਹੀਂ ਹੋਣਾ, ਖਾਸ ਤੌਰ 'ਤੇ ਆਸੇ ਪਾਸੇ ਵੀ ਨਹੀਂ ਦੇਖਿਆ ਹੋਣਾ, ਜਿਹੜਾ ਸਾਡੇ ਵੀਰ ਨੇ ਉਗਾ ਕੇ ਸਾਡੇ ਪੰਜਾਬੀਆਂ ਦਾ ਖਾਸ ਤੌਰ 'ਤੇ ਜ਼ਿਲ੍ਹਾ ਮੋਗਾ ਦੇ ਵਾਸੀਆਂ ਦਾ ਬੜਾ ਵੱਡਾ ਮਾਣ ਕੀਤਾ ਹੈ, ਮਾਣ ਵਧਾਇਆ ਹੈ। ਇਹ ਬੜੀ ਸ਼ਾਨ ਵਾਲੀ ਗੱਲ ਆ ਸਾਡੇ ਸਾਰਿਆਂ ਵਾਸਤੇ। ਆਓ ਆਪਾਂ, ਤੁਸੀਂ ਇਹਦੇ ਵਾਸਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਦੇ ਨੌਜਵਾਨ ਖੇਤੀ ਤੋਂ ਭੱਜ ਕੇ ਵਿਦੇਸ਼ਾਂ ਵੱਲ ਦੌੜਦੇ ਆ ਜਾਂ ਹੋਰ ਢੰਗਾਂ ਕਿੱਤਿਆਂ ਨੂੰ ਅਪਣਾਉਣ ਨੂੰ ਤਰਜੀਹ ਦਿੰਦੇ ਆ? ਦੇਖੋ, ਇਹ ਤਾਂ ਹਰ ਇੱਕ ਬੰਦੇ ਦਾ ਵੱਖਰਾ ਸੁਭਾਅ ਹੁੰਦਾ ਜੀ, ਕੋਈ ਕਿਸੇ ਦੀ ਗੁਲਾਮੀ ਕਰ ਸਕਦਾ, ਕੋਈ ਕਿਸੇ ਦੀ ਨਹੀਂ ਕਰ ਸਕਦਾ। ਆਪਣਾ ਸੁਭਾਅ ਇੱਦਾਂ, ਆਪਾਂ ਕਿਸੇ ਦੇ ਥੱਲੇ ਨਹੀਂ ਕੰਮ ਕਰ ਸਕਦੇ। ਸੋ ਆਪਾਂ ਇਹ ਸੋਚਿਆ ਵੀ ਕੰਮ ਤਾਂ ਬਾਹਰ ਜਾ ਕੇ ਵੀ ਕਰਨਾ ਪੈਣਾ ਪਰ ਉਹ ਕਿਸੇ ਦੇ ਥੱਲੇ ਕਰਨਾ ਪੈਣਾ। ਚਲੋ ਕਮਾਈ ਵੱਧ ਹੋਊਗੀ ਇਹ 'ਚ, ਮੈਂ ਸਾਰੇ ਵੀਰਾਂ ਨੂੰ ਇਹ ਨਹੀਂ ਕਹਿੰਦਾ ਵੀ ਬਾਹਰ ਜਾ ਕੇ ਗੱਲ ਮਾੜੀ ਆ, ਬਾਹਰ ਜਾਣਾ ਮਾੜੀ ਗੱਲ, ਪਰ ਹਾਂ ਮਿਹਨਤ ਤੋਂ ਆਪਾਂ ਜੇ ਪੰਜਾਬ 'ਤੇ ਮਿਹਨਤ ਤੋਂ ਨਾ ਭੱਜੀਏ, ਪੰਜਾਬ 'ਚ ਵੀ ਮਿਹਨਤ ਕਰਕੇ ਆਪਾਂ ਬਹੁਤ ਕੁਛ ਬਣਾ ਸਕਦੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ। ਪੰਜਾਬ ਦੀ ਧਰਤੀ ਇੰਨੀ ਕੁ ਉਪਜਾਊ ਆ, ਇੱਥੇ ਕੁਛ ਵੀ ਬੀਜ ਕੇ ਕੁਛ ਵੀ ਉਗਾ ਸਕਦੇ ਹਾਂ। ਹਾਂ, ਮਿਹਨਤ ਜ਼ਰੂਰ ਆ ਕਰਨੀ ਪੈਂਦੀ ਆ, ਮਿਹਨਤ ਬਾਹਰ ਜਾ ਕੇ ਵੀ ਕਰਨੀ ਪੈਂਦੀ ਆ, ਮਿਹਨਤ ਆਪਾਂ ਇੱਥੇ ਕਰਕੇ ਵੀ ਵਧੀਆ ਰੋਟੀ ਖਾ ਸਕਦੇ ਹਾਂ। ਬਾਪੂ ਨੇ ਕਦੇ, ਜਦੋਂ ਤੁਸੀਂ ਹਟ ਕੇ ਖੇਤੀ ਕੀਤੀ ਜਾਂ ਫੇਲਰ ਹੋਏ, ਬਾਪੂ ਨੇ ਕਦੇ ਝਟਕਾ ਨਹੀਂ ਦਿੱਤੀਆਂ? ਨਹੀਂ, ਬਾਪੂ ਦਾ ਆਪਾਂ ਨੂੰ ਇਹਦੇ ਵਿੱਚ ਪੂਰਾ ਸਪੋਰਟ ਹੀ ਰਿਹਾ, ਕੋਈ ਨਹੀਂ। ਬਾਪੂ ਨੂੰ ਆਏ ਸੀ ਚਲੋ ਕੋਈ ਨਹੀਂ, ਘਾਟਾ ਦੀ ਕਣਕ ਝੋਨੇ ਜਿੰਨੇ ਤਾਂ ਬਚਣਗੇ ਹੀ, ਚਲੋ ਘਾਟਾ ਤਾਂ ਨਹੀਂ ਇੰਨਾ ਪੈ, ਮਤਲਬ ਬਾਪੂ ਦਾ ਥਾਪੜਾ ਸੀ, ਕੋਈ ਹਾਂ ਕੋਈ ਗੱਲ ਕੋਈ ਗੱਲ ਨਹੀਂ। ਚਲੋ ਹੁਣ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਹੁੰਦੀਆਂ ਜੀ, ਜੇ ਆਪਾਂ ਕਿਸੇ ਪਾਸੇ ਪੈਰ ਪੱਟਿਆ ਕੋਈ ਕਹੂਗਾ ਵੀ ਵਧੀਆ ਕੀਤਾ, ਕੋਈ ਕਹੂਗਾ ਯਾਰ ਐਵੇਂ ਟੱਕਰਾ ਮਾਰਦਾ। ਇਹ 'ਚ ਬਾਪੂ ਨੇ ਤਾਂ ਪੂਰਾ ਸਹਿਯੋਗ ਹੀ ਦਿੱਤਾ ਵਾ, ਨਾ ਆਪਾਂ ਨੂੰ ਕਦੇ ਰੋਕਿਆ, ਨਾ ਕਦੇ ਪੁੱਛਿਆ ਵੀ ਤੂੰ ਕਿੱਥੇ ਕਿੰਨੇ ਪੈਸੇ ਲਾ ਰਿਹਾ, ਜਾਂ ਇਹ 'ਚੋਂ ਆਪਾਂ ਨੂੰ ਚਾਰ ਪੈਸੇ ਬਚਣਗੇ ਵੀ ਨਹੀਂ ਬਚਣਗੇ। ਪਰ ਜਦੋਂ ਆਪਾਂ ਸਾਰਾ ਹਿਸਾਬ ਕਿਤਾਬ ਕਰਕੇ ਬਾਪੂ ਨੂੰ ਫੜਾ ਦਈਦੇ, ਬਾਪੂ ਇੰਨੇ ਬਚਿਆ, ਤੇ ਬਾਪੂ ਵੀ ਖੁਸ਼ ਹੁੰਦਾ ਵੀ ਵਾਕਿਆ ਕਣਕ ਝੋਨੇ 'ਚ ਤਾਂ ਆਪਾਂ ਨੂੰ ਇੰਨੇ ਕਦੇ ਬਚਣੇ ਨਹੀਂ ਸੀ। ਹਾਂਜੀ ਬਿਲਕੁਲ ਵਧੀਆ ਜੀ, ਆਪਣੇ ਪੰਜਾਬੀਆਂ 'ਚ ਇੱਕ ਬੜੀ ਵੱਡੀ ਘਾਟ ਬਣ ਗਈ ਹੈ ਹੁਣ ਵੀ ਸ਼ਾਬਾਸ਼ ਨਹੀਂ ਦੇਣੀ, ਨੁਕਤਾ ਚੀਨੀ ਜਿਹੜਾ ਆਲੋਚਕ ਜ਼ਿਆਦਾ ਬਣ ਗਏ ਆ, ਕਦੇ ਆਲੋਚਕਾਂ ਦਾ ਵੀ ਸਾਹਮਣਾ ਕਰਨਾ ਪਿਆ? ਦੇਖੋ ਜੀ, ਆਪਾਂ ਨਾ ਜਿੱਦਾਂ ਬੋਲੇ ਜੇ ਹੋ ਕੇ ਚੱਲੇ ਫਰੀਦਾ, ਕਿਸੇ ਦੀ ਸੁਣੀ ਦੀ ਨਹੀਂ। ਕੋਈ ਜੇ ਮੰਨ ਲਓ ਆਪਾਂ ਨੂੰ, ਆਪਾਂ ਕਹਿ ਦਈਏ ਨਾ ਮੈਨੂੰ ਇੱਕ ਕਿੱਲੇ 'ਚ 10 ਲੱਖ ਬਚ ਗਿਆ, ਤਾਂ ਅਗਲਾ ਕਹੂਗਾ ਯਾਰ ਐਵੇਂ ਛੱਡੀ ਜਾਂਦਾ, 10 ਲੱਖ ਕਿਹੜੀ ਫਸਲ ਬਚਾ ਦੂ। ਜੇ ਮੈਂ ਕਹਿੰਦਾ ਯਾਰ ਮੌਸਮ ਬਹੁਤ ਮਾੜਾ ਰਿਹਾ ਤੇ ਮੈਨੂੰ ਘਾਟਾ ਪੈ ਗਿਆ, ਤਾਂ ਉਹਨੇ ਵੀ ਕਹਿਣਾ ਯਾਰ ਐਵੇਂ ਛੱਡੀ ਜਾਂਦਾ, 50-60 ਹਜ਼ਾਰ ਦੀ ਤਾਂ ਵੇਚ ਦਿੰਦਾ ਸੀ ਰੋਜ਼, ਤੇ ਇਹਨੂੰ ਘਾਟਾ ਕਿਹੜੇ ਪਾਸੇ ਪੈ ਗਿਆ। ਪਰ ਲੋਕ ਉਹੀ ਕਹਿੰਦੇ ਆ ਵੀ ਲੋਕਾਂ ਨੇ ਤਾਂ ਕੋਈ ਨਾ ਕੋਈ ਗੱਲ ਕਰਦੇ ਰਹਿਣਾ, ਪਰ ਲੋਕਾਂ ਦੀ ਪਰਵਾਹ ਨਹੀਂ ਕਰੀਦੀ। ਜੇ ਮੁਨਾਫਾ ਹੋਣਾ ਤਾਂ ਵੀ ਆਪਾਂ ਨੂੰ ਹੋਣਾ, ਘਾਟਾ ਪੈਣਾ ਤਾਂ ਵੀ ਆਪਾਂ ਨੂੰ ਹੋਣਾ, ਲੋਕੀ ਗੱਲਾਂ ਕਰਦੇ ਕਰਦੇ ਰਹਿਣ, ਆਪਾਂ ਨਹੀਂ ਪਰਵਾਹ ਕਰੀਦੀ ਕਿਸੇ। ਆ ਬੜੀ ਵਧੀਆ ਗੱਲ ਆ ਜੀ, ਸਾਨੂੰ ਅੱਜ ਖੇਤ 'ਚ ਦੇਖਣ ਦਾ ਮੌਕਾ ਮਿਲਿਆ, ਅਸੀਂ ਗੱਲ ਕਰਦੇ ਹਾਂ ਆਪਣੇ ਬਾਪੂ ਨਾਲ ਜਿਹਨੇ
ਜਾਂ ਉਤਸ਼ਾਹਿਤ ਕੀਤਾ ਹੈ। ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ? ਮੁਖਤਿਆਰ ਸਿੰਘ ਚੀਮਾ ਜੀ। ਚੀਮਾ ਸਾਹਿਬ, ਹੱਥ 'ਚ ਤੁਸੀਂ ਸਟ੍ਰਾਬੈਰੀ ਫੜੀ ਹੋਈ ਹੈ, ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਮੈਂ ਕਿਹਾ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਹੈ। ਮੰਨ ਲਾ ਬੱਚਾ ਜਦੋਂ ਇੱਕ ਸ਼ੌਂਕ ਦਾ ਮੰਨ ਲਾ ਮੁੱਲ ਨਹੀਂ ਹੁੰਦਾ ਗਾ, ਸ਼ੌਂਕ ਤੌਰ 'ਤੇ ਆਪਣੀ ਖੇਤੀ ਵਾਲੇ ਨੇ ਵਾਧਾ ਕੀਤਾ ਅਤੇ ਇਸ ਕਰਕੇ ਜਾਣੀ ਵੀ ਖੁਸ਼ੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ। ਜਦੋਂ ਰੋਜ਼ ਇਨਕਮ ਆਪਾਂ ਇਹਨਾਂ ਦਿਨਾਂ ਦੇ ਵਿੱਚ ਭਾਰਤ ਤੋਂ ਪੈਸਾ ਹਰ ਇੱਕ ਬੰਦਾ ਖਾਂਦਾ ਲੈ ਕੇ ਵਿਆਜੂ ਫੜਦਾ, ਪਰ ਜਦੋਂ ਸਾਨੂੰ 25-27 ਤੋਂ 4 ਦਿਨ ਅਰਥ ਤੋਂ ਲਿਆ ਕੇ ਪੈਸੇ ਫੜਾਉਂਦਾ ਮਨ ਖੁਸ਼ ਹੋ ਜਾਂਦਾ ਵੀ ਵੀ ਉਦੋਂ ਵੀ ਇਨਕਮ ਆਪਣੇ ਘਰ ਆਉਂਦੀ ਹੈ ਅਤੇ ਬਹੁਤ ਖੁਸ਼ੀ ਦੀ ਗੱਲ ਆ ਵੀ ਬੱਚਾ ਆਪਣਾ ਸਿੱਧੀ ਲੈਣ 'ਤੇ ਨਸ਼ੇ ਤਿਆਗ ਕੇ, ਜਿਵੇਂ ਵੀ ਹੁਣ ਨਸ਼ੇ ਆਪਣੇ ਇੰਨੇ ਜ਼ਿਆਦਾ ਵੜ ਚੁੱਕੇ ਆ, ਵਿਹਲਾ ਬੰਦਾ ਜਾਣੀ ਨਸ਼ਿਆਂ ਲਿਜਾਂਦਾ ਇਹ ਬੱਚਿਆਂ ਨਾਲ ਲੇਬਰ ਵੇਖੋ ਅਤੇ ਸਾਡੇ 5-7 ਲੇਡੀਜ਼ ਮਹਿਣੇ ਤੋਂ ਆ ਰਹੀਆਂ ਕੰਮ ਕਰਨ, ਰੋਜ਼ ਮਾਲਾ ਨਾਲੇ ਰੁਜ਼ਗਾਰ ਉਹਨਾਂ ਦਾ ਚੁੱਲ੍ਹਾ ਚੱਲਦਾ ਨਾਲੇ ਸਾਡਾ ਚੱਲਦਾ ਜੀ। ਹਾਂਜੀ ਨਹੀਂ ਵਧੀਆ। ਚੀਮਾ ਸਾਹਿਬ ਇੱਕ ਗੱਲ ਦੱਸਿਓ ਸੱਚੋ ਸੱਚੀ, ਜਿਹਦੇ ਬੇਟੇ ਨੇ ਇਸ ਖੇਤੀ ਵੱਲ ਪੈਰ ਪੁੱਟੇ ਸੀਗੇ ਤੁਹਾਨੂੰ ਕਿਵੇਂ ਲੱਗਾ ਸੀਗਾ? ਕੋਈ ਪਹਿਲਾਂ ਤਾਂ ਸਾਡਾ ਭਾਣਜਾ ਲੱਖਾ ਤੂਤ, ਇਹਨਾਂ ਨੇ ਜਦੋਂ ਥੋੜ੍ਹਾ ਜਿਹਾ ਜਾਣੀ ਵੀ ਕਰਾਇਆ ਜਸਪ੍ਰੀਤ ਨੂੰ ਵੀ ਤੂੰ ਸਟ੍ਰੋਬੇਰੀ ਦੀ ਖੇਤੀ ਕਰ, ਦੋ ਕਨਾਲ ਦੀ ਕੀਤੀ, ਉਦੋਂ ਬੂਟੇ ਸਾਨੂੰ ਥੋੜ੍ਹੇ ਜਿਹੇ ਵਿੱਚੋਂ ਮਾੜੇ ਵੀ ਮਿਲੇ ਚੰਗੇ ਵੀ ਮਿਲੇ ਸਾਨੂੰ ਸਰਪੰਚ ਨੇ ਮੰਨ ਲਓ ਦੇ ਤੇ ਸੁਪਨੇ ਵਾਲੇ ਨੇ, ਬਹੁਤ ਵਧੀਆ ਰਹਿ ਗਏ ਜਾਣੀ ਠੀਕ। ਦੋ ਕਨਾਲਾਂ 'ਚੋਂ ਇਹਨਾਂ ਨੇ ਟ੍ਰਾਇਲ ਆਪਦਾ ਕਰ ਲਿਆ, ਮੈਂ ਨਹੀਂ ਇਹਨੂੰ ਕਦੇ ਵੀ ਹੱਥ ਪਿੱਛੇ ਖਿੱਚਿਆ, ਪੈਸੇ ਜਿੰਨੇ ਮੰਗਦਾ ਸੀ ਮੈਂ ਇਹਨੂੰ ਕਿਹਾ ਤੂੰ ਲਾ ਲਾ ਆਪਦੇ ਸ਼ੌਂਕ ਪੂਰਾ ਕਰ ਲਾ, ਜਾਣੀ ਜਿੰਨੇ ਵੀ ਤੂੰ ਆਪਦੇ ਲਾਉਣੇ ਆ ਵੀ ਆਪਦੀ ਕਾਮਯਾਬੀ ਵੱਲ ਜਿਹੜਾ ਬੰਦਾ ਤੁਰਦਾ, ਕਦੇ ਮਾਂ ਪਿਓ ਹੱਥ ਪਿੱਛੇ ਨਹੀਂ ਖਿੱਚਦਾ ਕਿਸੇ ਦਾ। ਨਹੀਂ ਜਦੋਂ ਤੁਹਾਨੂੰ ਲੱਗਦਾ ਸੀ ਵੀ ਆਮ ਬਜ਼ੁਰਗਾਂ ਨੂੰ ਤੁਹਾਨੂੰ ਵੀ ਲੱਗਦਾ ਹੋਣਾ ਵੀ ਇਸੇ ਕਣਕ ਝੋਨੇ ਦੇ ਖੇਤਾਂ 'ਚ ਸਟ੍ਰਾਬੇਰੀ ਕਿੱਥੋਂ ਅੱਗੇ ਹੋਊਗੀ, ਕਦੇ ਹੋਇਆ ਸ਼ੰਕਾ ਇੱਦਾਂ ਦੀ? ਸਿਰਫ ਇੰਨਾ ਕੀ ਹੋਇਆ ਸੀ ਜਦੋਂ ਲੱਖੇ ਨੇ ਲਾਈ ਸੀ ਲੱਖੇ ਦੇ ਕਾਮਯਾਬ ਨਹੀਂ ਸੀ ਹੋਈ, ਮਹਿਸੂਸ ਹੁੰਦਾ ਸੀ ਆਪ ਨੂੰ ਵੀ ਆਪਣੇ ਖੇਤ ਦੇ ਵਿੱਚ ਫਲ ਵੀ ਉੱਗ ਪੂਗਾ, ਪਰ ਜਦੋਂ ਮੰਨ ਲਾ ਵੀ ਲੈਣ ਲੱਗ ਗਿਆ ਤੇ ਮਨ ਖੁਸ਼ ਹੋ ਗਿਆ ਵੀ ਆਪਣੇ ਬੱਚੇ ਨੇ ਵੀ ਚਲੋ ਮਿਹਨਤ ਕਰਕੇ ਕੁਛ ਨਾ ਕੁਛ ਕਰ ਵਿਖਾਇਆ, ਆਪਾਂ ਕਹਿੰਦੇ ਵੀ ਪੰਜਾਬ ਸਾਰਾ ਆਪਣਾ ਤਰੱਕੀ ਕਰੇ, ਹਰ ਇੱਕ ਧੀ ਪੁੱਤ ਆਪਣਾ ਮਤਲਬ ਸਿੱਧੀ ਲੈਣ ਤੇ ਲੱਗੇ ਤੇ ਮਿਹਨਤ ਕਰੇ, ਬਾਕੀ ਸ਼ੌਂਕ ਨਾ ਕਰੇ। ਤੇ ਤੁਹਾਡੇ ਕਹਿਣ ਦਾ ਮਤਲਬ ਸੀ ਬਾਕੀਆਂ ਦੇ ਜਿਹੜੇ ਬੱਚੇ ਆ ਉਹ ਵਿਦੇਸ਼ਾਂ ਵੱਲ ਡਾਰੀ ਮਾਰੇ ਆ, ਸਾਡਾ ਬੱਚਾ ਉਹਨੇ ਪੈਸੇ ਖਰਚ ਕੇ ਇੱਥੇ ਹੀ ਕਾਮਯਾਬ ਹੋਵੇ? ਦੇਖੋ ਜੀ ਆਪਾਂ ਨੂੰ 2.5 ਮਹੀਨਿਆਂ ਤੋਂ ਜਿਹੜੇ ਪੈਸੇ ਲਾਉਂਦਾ 2.5 ਮਹੀਨੇ ਆਪਣੀ ਜੇਬ ਦੇ ਵਿੱਚ ਪੈ ਜਾਂਦੇ ਜਿੰਨੇ ਲਾਉਂਦਾ। ਪਹਿਲੀ ਜਦੋਂ ਤੜਾਈ ਚੱਲਦੀ ਆਪਾਂ ਨੂੰ ਜੇ 5 ਲੱਖ ਰੁਪਈਆ ਖਰਚਾ ਇਹਨੇ ਕੀਤਾ, ਆਪਾਂ ਨੂੰ ਮੰਨ ਲਓ 2-2.5 ਮਹੀਨਿਆਂ 'ਚ ਖਰਚਾ ਪੂਰਾ ਕਰਕੇ ਮਨ ਖੁਸ਼ ਕਰ ਦਿੰਦਾ ਵੀ ਆਪਣੀ ਜਿਹੜਾ ਖਰਚਾ ਤਾਂ ਪੂਰਾ ਹੋ ਗਿਆ। ਹਾਂਜੀ ਬਿਲਕੁਲ ਜੀ ਬਾਪੂ ਜੀ, ਤੁਹਾਨੂੰ ਲੱਖ ਲੱਖ ਵਧਾਈਆਂ। ਤੁਹਾਡਾ ਪੁੱਤਰ ਹਾਂਜੀ ਜਿਹਨੇ ਨਵੀਂ ਖੇਤੀ ਪੰਜਾਬ ਨੂੰ ਸੇਧ ਦੇਣ ਲਈ, ਪੰਜਾਬ ਦੇ ਕਰਜ਼ਾਈ ਕਿਸਾਨਾਂ ਨੂੰ ਸੇਧ ਦੇਣ ਲਈ ਇੱਕ ਸਟ੍ਰਾਬੇਰੀ ਦੀ ਸਫਲ ਖੇਤੀ ਕਰਕੇ ਬੜਾ ਨਾਮ ਨਾ ਖੱਟਿਆ। ਹਾਂਜੀ ਤੇ ਤੁਹਾਨੂੰ ਜਿਹੜੇ ਅਸੀਂ ਦੇਖ ਰਹੇ ਹਾਂ ਬੜੀ ਗਿਣਤੀ 'ਚ ਲੋਕ ਇੱਥੇ ਦੇਖਣ ਆਉਂਦੇ ਆ, ਉਦੋਂ ਵੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਬਹੁਤ ਅਸੀਂ ਕਹਿੰਦੇ ਵੀ ਅਸੀਂ ਕਰਮਾਂ ਵਾਲਾ ਸਾਡਾ ਖੇਤ ਹੈ ਜਿੱਥੇ ਜਾਣੀ ਇੰਨੇ ਚਰਨ ਪੈਂਦੇ ਆ ਕਿ ਸੰਗਤ ਆਉਂਦੀ ਆ ਵੇਂਹਦੀ ਹੈ, ਧੰਨਵਾਦ ਕਰਦੇ ਹਾਂ ਅਸੀਂ ਹੱਥ ਜੋੜ ਕੇ ਜਿਹੜੇ ਸਾਡੇ ਖੇਤ ਦੇ ਵਿੱਚ ਆਉਂਦੇ ਆ। ਹੁਣ ਕਿੰਨੇ ਖੇਤ ਕਿੰਨੇ ਰਕਬੇ 'ਚ ਤੁਸੀਂ ਖੇਤੀ ਕਰ ਰਹੇ ਹੋ? ਅਸੀਂ ਜੀ ਹੁਣ ਤਾਂ ਮੰਨ ਲਓ 9 ਕਿੱਲੇ ਦੇ ਵਿੱਚ ਕਰਦੇ ਹਾਂ, ਵਿੱਚ ਮੰਨ ਲਾ ਖਰਬੂਜਾ ਲਾਇਆ, ਤਰਬੂਜ ਲਾਇਆ, ਬਾਕੀ 1.25 ਕਿੱਲਾ ਸਟ੍ਰੋਬੇਰੀ ਲਾਈ ਹੈ, ਬਾਕੀ ਆ ਕਣਕ ਬੀਜੀ ਵੀ ਹੈ, ਸਰੋਂ ਬੀਜੀ ਹੈ। ਉਹ ਮੰਡੀ ਕਰਨ 'ਚ ਕੋਈ ਆਉਂਦੀ ਤਾਂ ਨਹੀਂ ਪ੍ਰੋਬਲਮ? ਨਹੀਂ ਜੀ ਮੰਡੀ ਕਰਨ 'ਚ ਕੋਈ ਪ੍ਰੋਬਲਮ ਨਹੀਂ, ਮੰਨ ਲਓ ਜਿੰਨਾ ਕੁ ਆਪਣਾ ਫਰੂਟ ਟੁੱਟਦਾ ਰੋਜ਼ ਦੀ ਰੋਜ਼ ਜਾਣੀ ਆਪਣਾ ਤਾਜ਼ਾ ਹੁੰਦਾ ਅਤੇ ਆੜ੍ਹਤੀਆਂ ਵੱਲੋਂ ਮੰਗ ਹੈ ਵੀ ਜੋ ਵੀ ਸਾਨੂੰ ਛੇਤੀ ਉੱਪੜਦਾ ਕਰੋ, ਜਾਣੀ ਇੱਥੋਂ ਹੀ ਆਪਣਾ ਚੱਕ ਕੇ ਖੇਤ ਦੇ ਵਿੱਚੋਂ ਵੀ ਲੈ ਜਾਂਦੇ ਆ, ਮਤਲਬ ਇੱਥੋਂ ਹੀ ਲੈ ਜਾਂਦੇ ਆ। ਤੇ ਪੈਸੇ ਦੇ ਜਿਹੜੇ ਤੁਸੀਂ ਮਾਰਕੀਟਿੰਗ ਕਰਦੇ ਹੋ, ਜਿਹੜੀ ਇਹਦੀ ਕੀਮਤ ਵਸੂਲਣੀ ਹੁੰਦੀ ਹੈ, ਉਹਦੇ 'ਚ ਕੋਈ ਦਿੱਕਤ ਤਾਂ ਨਹੀਂ? ਨਹੀਂ ਕੋਈ ਦਿੱਕਤ ਨਹੀਂ ਗੀ, ਕੋਈ ਦਿੱਕਤ ਨਹੀਂ। ਹਾਂਜੀ ਬੜੀ ਵਧੀਆ ਗੱਲ ਹੈ ਜੀ। ਜੇ ਸਾਡੇ ਪੰਜਾਬ ਦੇ ਕਿਸਾਨ ਵਾਕਈ ਹਟਵੀਂ ਖੇਤੀ ਕਰਨ, ਸਾਡੇ ਚੀਮਾ ਪਰਿਵਾਰ ਵਾਂਗੂ ਨਵੀਆਂ ਸਰਹੱਦੇ ਸਿਰਜਣ, ਨਵੇਂ ਕਦਮ ਪੱਟ ਕੇ ਕਿਸਾਨਾਂ ਨੂੰ ਸਾਡੇ ਖਾਸ ਕਰਕੇ ਨੌਜਵਾਨਾਂ ਨੂੰ ਖੇਤੀ ਵੱਲ ਉਤਸ਼ਾਹਿਤ ਕਰਨ ਲਈ ਬੜਾ ਸ਼ਲਾਘਾਯੋਗ ਆ। ਅਸੀਂ ਗੱਲ ਕਰਦੇ ਹਾਂ ਖੇਤ 'ਚ ਨਿਰੀਖਣ ਕਰਨ ਆਏ ਸਾਡੇ ਹੋਰ ਵੀ ਸੱਜਣ ਹੈਗੇ ਆ। ਬਾਈ ਜੀ ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਜਸਵੀਰ ਸਿੰਘ ਸੰਧੂ ਆ ਜੀ, ਮੈਂ ਪੱਟੀ ਤੋਂ ਆਇਆ। ਤੇ ਖੁਸ਼ੀ ਹੋਈ ਜੀ ਬੜੀ, ਮਾਝੇ ਦੀ ਧਰਤੀ ਤੋਂ ਤੁਸੀਂ ਅੱਜ ਸਟ੍ਰਾਬੇਰੀ ਦੇ ਖੇਤ ਮੌਕੇ ਪਹੁੰਚੇ ਹੋ, ਦੇਖਣ ਕਿੱਦਾਂ ਮਨ ਨੂੰ ਕਿੱਦਾਂ ਲੱਗ ਰਿਹਾ? ਬਹੁਤ ਖੁਸ਼ੀ ਹੋਈ ਆ ਜੀ, ਕਿਉਂਕਿ ਇੱਕ ਜਿਹੜਾ ਇੰਨਾ ਹੌਸਲਾ ਅਤੇ ਇੰਨੀ ਪਰਿਵਾਰ ਦੀ ਸਹਿਯੋਗ ਨਾਲ ਇੱਕ ਇਹਨਾਂ ਨੇ ਯੂਨਿਟ ਸਥਾਪਿਤ ਕੀਤਾ, ਇਹਦੇ ਨਾਲ ਦੀ ਖੁਸ਼ੀ ਹੋਰ ਕਿਸ ਤਰ੍ਹਾਂ ਹੋ ਸਕਦੀ? ਸਾਨੂੰ ਵੇਖਣ 'ਚ ਖੁਸ਼ੀ ਅਤੇ ਪਰਿਵਾਰ ਨੂੰ ਤੌਰ 'ਤੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਸੰਧੂ ਸਾਹਿਬ ਤੁਸੀਂ ਆਪਣੇ ਪੰਜਾਬੀ ਆਲੋਚਕ ਹੀ ਬਣ ਕੇ ਰਹਿ ਗਏ, ਜਿਹੜੇ ਸਾਡੇ ਬਜ਼ੁਰਗ ਹੱਡ ਭਨਵੀਆਂ ਮਿਹਨਤਾਂ ਕਰਦੇ ਸੀ ਉਹ ਤੋਂ ਬੱਚੇ ਸਾਡੇ ਕੋਹਾਂ ਦੂਰ ਹੁੰਦੇ ਜਾ ਰਹੇ ਆ, ਅੱਜ ਇਸ ਖੇਤ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸਲ ਵਿੱਚ ਨਾ ਇਹਦੇ ਵਿੱਚ ਮੈਂ ਇਹਦਾ ਸੈਟੀ ਦਾ ਕਸੂਰ ਜਾਂ ਆਪਣੇ ਪੰਜਾਬੀ ਕਲਚਰ ਦਾ ਨਹੀਂ ਗਿਣਦਾ,
ਇਹ ਨੈਸ਼ਨਲ ਲੈਵਲ ਦੇ ਇੱਕ ਪੋਲਸੀ ਨੇ ਸਾਨੂੰ ਮਾਰਿਆ, ਉਸ ਪੋਲਸੀ ਨੇ ਸਾਨੂੰ ਦੋ ਫਸਲਾਂ ਦੀ ਲਈ ਘੇਰਾਬੰਦੀ ਕਰਕੇ ਉਹਨੂੰ ਉਸ ਤਰ੍ਹਾਂ ਦਾ ਕੀਤਾ ਅਤੇ ਜਿਹਦੀ ਮਾਰਕੀਟਿੰਗ ਵੀ ਉਹ ਕਰਦੇ ਅਤੇ ਘੇਰਾਬੰਦੀ ਕਰਕੇ ਅਤੇ ਸਾਡੀਆਂ ਜਿਹੜੀਆਂ ਬਹੁਤ ਪੰਜਾਬ ਦੀਆਂ ਬਹੁਤ ਫਸਲੀ ਕਲਚਰ ਸੀ ਉਹਨੂੰ ਉਹਨਾਂ ਨੇ ਤੋੜਿਆ। ਤੋੜਨ ਤੋਂ ਬਾਅਦ ਇਹ ਜਿਹੜਾ ਪੰਜਾਬੀ ਕਲਚਰ ਉਹ ਜਦੋਂ ਚਾਲੀ ਚਾਲ ਪੰਜਾਹ ਸਾਲ ਹੋ ਗਏ ਤੋੜਨ ਦੇ ਵਿੱਚ, ਹੁਣ ਸਾਡੇ ਸੁਭਾਅ ਹੀ ਜਿਹੜੇ ਉਹ ਮਿਹਨਤ ਵਾਲੇ ਨਹੀਂ ਰਹੇ, ਜਿਹਦੇ ਕਰਕੇ ਹੁਣ ਸਾਨੂੰ ਪਰਿਵਾਰਕ ਤੌਰ 'ਤੇ ਫਾਦਰ ਨੂੰ ਮਦਰ ਜਿਹੜਾ ਹੈਗਾ ਉਹਦਾ ਬੇਟਾ ਉਹਨੂੰ ਇਸ ਲਾਈਨ 'ਚ ਲਾਉਣ ਲਈ ਮੁਸ਼ਕਲ ਆ ਰਹੀ ਆ, ਕਿਉਂਕਿ ਉਹ ਸਾਡਾ 40 ਸਾਲਾਂ 'ਚੋਂ ਉਹ ਇੱਕ ਸਿਸਟਮ ਨੇ ਸਾਡਾ ਸੁਭਾਅ ਜਿਹੜਾ ਉਹ ਚੇਂਜ ਕੀਤਾ। ਇਹਦੇ ਵਿੱਚੋਂ ਹੀ ਜਿਹੜਾ ਵਿਦੇਸ਼ੀਕਰਨ ਨਿਕਲਿਆ, ਇਹਦੇ ਵਿੱਚੋਂ ਹੀ ਜਿਹੜੇ ਜੁਆਇੰਟ ਪਰਿਵਾਰ ਸੀ ਉਹ ਡਿਵਾਈਡ ਹੋਏ ਆ, ਇਹਦੇ ਵਿੱਚੋਂ ਹੀ ਜਿਹੜਾ ਨਸ਼ਾ ਨਿਕਲਿਆ। ਇਹ ਸਾਰੇ ਕਲਚਰ ਨੂੰ ਇੱਕ ਜਦੋਂ ਬੇਸਿਕ ਪੰਜਾਬੀ ਇਹ ਸੋਚ ਲਏ ਕਿ ਸਾਨੂੰ ਪਿਛਲੇ ਜਿਹੜੇ ਆ ਉਤਲੇ ਲੈਵਲ ਦੇ ਧਾੜਵੀ ਆ ਜਾਂ ਜਿਹੜੇ ਪੰਜਾਬ ਦੇ ਨਫ਼ਰਤ ਕਰਦੇ ਲੋਕ ਆ ਉਹਨਾਂ ਨੇ ਜਾਂ ਵਪਾਰੀ ਲੋਕ ਆ ਜਿਹਨਾਂ ਨੇ ਇਹ ਫਸਲ ਨੂੰ ਕੀਤਾ, ਜਦੋਂ ਇਹ ਗੱਲ ਦਾ ਸੱਚ ਜਾਣ ਲੈਣਗੇ ਤਾਂ ਉਹ ਡੈਫੀਕੇਸ਼ਨ ਜਾਂ ਬਹੁ ਫਸਲੀ ਵਾਲੇ ਕਲਚਰ ਵਿੱਚ ਮਿਹਨਤ ਵਾਲੇ ਕਲਚਰ। ਹੁਣ ਵੇਖੋ ਇੱਕ ਜੇ ਕਹੀਏ ਕਿ ਮੁਲਾਜ਼ਮ ਆ, ਮੁਲਾਜ਼ਮ ਜੇ ਇਮਾਨਦਾਰੀ ਨਾਲ ਕਰਦਾ ਤਾਂ ਉਹ 8 ਘੰਟੇ ਡਿਊਟੀ ਦਿੰਦਾ, ਜੇ ਉਹ ਦੂਸਰਾ ਕੋਈ ਵੀ ਕੰਮ ਕਰਦਾ ਤਾਂ ਉਹਦੇ ਲਈ ਉਹਨੂੰ ਟਾਈਮ ਦੇਣਾ ਪੈਂਦਾ। ਅਤੇ ਐਗਰੀਕਲਚਰ ਵੀ ਜਾਂ ਇਸ ਤਰ੍ਹਾਂ ਫਸਲੀ ਕਲਚਰ ਵੀ ਆ ਵੀ ਉਹਨੂੰ ਡੇਲੀ ਜਾ ਕੇ, ਹਾਲੇ ਸਾਡੇ ਬਜ਼ੁਰਗ ਉਹ ਡੇਲੀ ਕਹਿੰਦੇ ਹੁੰਦੇ ਸੀ ਕਿ ਧਰਤੀ ਸਾਨੂੰ ਡੀਕਦੀ ਆ, ਉਹਨਾਂ ਦਾ ਕਲਚਰ ਹੁੰਦਾ ਸੀ ਕਿ ਧਰਤੀ ਸਾਨੂੰ ਡੀਕਦੀ ਅਤੇ ਉਹਦੀ ਡਿਵੈਲਪਮੈਂਟ ਕਰਦੀ, ਧਰਤੀ ਡੀਕਦੀ ਆ ਅਤੇ ਉਹਦੇ ਲਈ ਉਹ ਡੇਲੀ ਉਹ ਕਹਿੰਦੇ ਸਾਨੂੰ ਬਜ਼ੁਰਗਾਂ ਤੋਂ ਮੈਂ ਸੁਣਿਆ ਹੋਇਆ ਕਿ ਉਹ ਸਾਨੂੰ ਇਹ ਕਹਿੰਦੇ ਹੁੰਦੇ ਕਿ ਮੈਂ ਨਾ 2 ਟਾਈਮ ਜਾਵਾਂ ਤਾਂ ਧਰਤੀ ਰੋਣ ਲੱਗ ਪੈਂਦੀ ਹੈ। ਇਹ ਸਾਡਾ ਪੰਜਾਬੀ ਕਲਚਰ ਸੀ, ਪਰ ਉਹਨੂੰ ਬਜ਼ੁਰਗਾਂ ਦਾ ਕਹਿਣਾ ਸੀ ਜਦੋਂ ਜਿਹੜਾ ਕਿਸਾਨ ਆ ਖੁਦ ਆਪਣੇ ਖੇਤ 'ਚ ਗੇੜਾ ਮਾਰਦਾ ਤਾਂ ਧਰਤੀ ਖੁਸ਼ ਹੁੰਦੀ ਹੈ, ਹਾਂ ਉਹਦਾ ਇੱਕ ਸੁਭਾਅ ਸੀ ਔਰ ਧਰਤੀ ਖੁਸ਼ ਹੁੰਦੀ ਔਰ ਉਹਦੀ ਉਪਜ ਵੱਧਦੀ ਹੈ ਅਤੇ ਧਰਤੀ ਨਾਲ ਨੇੜਤਾ ਹੁੰਦੀ। ਬਿਲਕੁਲ ਜੀ, ਅਸੀਂ ਦੇਖ ਰਹੇ ਹਾਂ, ਦੇਖੋ ਫਿਰੋਜ਼ਪੁਰ ਦੇ ਐਸ ਡੀ ਐਮ ਸਰਦਾਰ ਰਣਜੀਤ ਸਿੰਘ ਭੁੱਲਰ ਵੀ ਖੁਦ ਅੱਜ ਸਟ੍ਰਾਬੇਰੀ ਦੀ ਖੇਤੀ ਦੇਖਣ ਆਏ ਹੋਏ ਆ ਅਤੇ ਆਪਣੇ ਪਰਿਵਾਰ ਸਮੇਤ ਜਿਹੜੇ ਸਟ੍ਰਾਬੇਰੀ ਦੇ ਜਿਹੜੇ ਬੂਟੇ ਆ ਉਹਨਾਂ ਨੂੰ ਕਿਸ ਤਰ੍ਹਾਂ ਪਰਖਦੇ ਹੋਏ, ਕਿਸ ਤਰ੍ਹਾਂ ਨਿਰੀਖਣ ਕਰਦੇ ਹੋਏ ਜਾਇਜ਼ਾ ਲੈ ਰਹੇ ਆ ਵੀ ਸਟ੍ਰਾਬੇਰੀ ਵਾਕਈ ਜਿਹੜੀ ਪੰਜਾਬ ਦੇ ਜਿਹੜੇ ਖੇਤਾਂ 'ਚ ਜਿਹੜੇ ਹਰੇ ਭਰੇ ਖੜ੍ਹੇ ਉਪਜਾਊ ਜ਼ਮੀਨ ਸੀ ਜਿੱਥੇ ਲੋਕਾਂ ਨੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਸਿਰਫ ਕਣਕ ਝੋਨੇ ਤੱਕ ਹੀ ਸੀਮਤ ਰਹਿ ਗਏ, ਉੱਥੇ ਫਿਰ ਤੋਂ ਜਿਹੜੀ ਸਟ੍ਰਾਬੇਰੀ ਵਰਗੀ ਵੱਡੀ ਅਤੇ ਲੱਖਾਂ ਰੁਪਏ ਦੇ ਜਿਹੜੇ ਫਾਇਦੇ ਦੇਣ ਵਾਲੀ ਜਿਹੜੀ ਹੈਗੀ ਖੇਤੀ ਉਹ ਹੋਣ ਰਹੀ ਆ, ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਭੁੱਲਰ ਸਾਹਿਬ, ਅੱਜ ਸਵਾਗਤ ਆ, ਪਹਿਲਾਂ ਤਾਂ ਸਾਡੇ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੁਹਾਡੇ ਨਾਲ, ਅਤੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੇ ਵਿਦੇਸ਼ਾਂ ਨੂੰ ਡੇਅਰੀ ਡੋਰੇ ਪਾਉਣ ਲਈ ਵੱਡੀਆਂ ਵੱਡੀਆਂ ਲੱਖਾਂ ਰੁਪਏ ਖਰਚ ਕੇ ਫਲਾਈਟਾਂ 'ਤੇ ਜਾ ਕੇ ਵਿਦੇਸ਼ਾਂ 'ਚ ਡੇਰੇ ਲਾ ਰਹੇ ਆ ਅਤੇ ਉਹਦੇ ਉਲਟ ਅੱਜ ਸਾਡਾ ਇੱਕ ਨੌਜਵਾਨ ਜਿਹਨੇ ਬੜੀ ਅੱਛੀ ਸਟ੍ਰਾਬੇਰੀ ਦੀ ਖੇਤੀ ਕੀਤੀ, ਤੁਸੀਂ ਵੀ ਦੇਖਣ ਆਏ ਹੋ, ਕਿੱਦਾਂ ਦਾ ਮਹਿਸੂਸ ਕਰਦੇ ਹੋ? ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ। ਜਸਪ੍ਰੀਤ ਸਿੰਘ ਮੋਗਾ ਇਹਨੇ ਮੁੜ ਤੋਂ ਹੀ ਇਹ ਧਾਰਿਆ ਹੋਇਆ ਹੈ ਕਿ ਮੈਂ ਖੇਤੀ ਦੇ ਵਿੱਚ ਜੇ ਵੜਨਾ ਤਾਂ ਖੇਤ 'ਚੋਂ ਬਾਹਰ ਨਿਕਲਣਾ ਹੀ ਨਹੀਂ, ਅਤੇ ਮੇਰੇ ਖਿਆਲ ਹੈ ਕਿ ਜੋ ਇਹਨੇ ਸਿਧਾਂਤ ਅਪਣਾਇਆ ਉਹਦੇ ਅਨੁਸਾਰ ਇਹ ਵਧੀਆ ਫਸਲ ਪ੍ਰੋਡਿਊਸ ਕਰ ਲਿਆ। ਪਿਛਲੇ ਠੀਕ ਹੈ 2 ਸਾਲ ਦੇ ਵਿੱਚ ਇਹਨੇ ਤਜਰਬਾ ਹਾਸਲ ਕਰ ਲਿਆ, ਪਰੰਤੂ ਉਹ ਚੀਜ਼ ਕਰ ਵਿਖਾਈ ਹੈ ਜਿਹੜੀ ਪੰਜਾਬ ਦੇ ਵਿੱਚ ਅੱਜ ਤੱਕ ਕਿਸੇ ਨੇ ਕਰਕੇ ਨਹੀਂ ਵਿਖਾਈ। ਜਿਵੇਂ ਆਪਾਂ ਨੂੰ ਦੇਖਦਾ ਹੀ ਆ ਕਿ ਸਟ੍ਰਾਬੇਰੀ ਜਿਹੜੀ ਆ ਸਾਰੇ ਕਹਿ ਦਿੰਦੇ ਨੇ ਕਿ ਪੰਜਾਬ ਦੀ ਫਸਲ ਨਹੀਂ ਹੈ, ਪਰੰਤੂ ਆ ਕਿਹੜੇ ਕਿਹੜੇ ਵਧੀਆ ਪੀਸ ਹੈ ਇਹੋ ਜਿਹੇ, ਸ਼ਾਇਦ ਮੈਂ ਮਾਰਕੀਟ 'ਚ ਜਿਹੜੇ ਆ ਬਾਹਰ ਦੀ ਕਿਸੇ ਸਟੇਟ ਦੇ ਵੀ ਪੀਸ ਨਹੀਂ ਆ ਰਹੇ ਔਰ ਇਹਨਾਂ ਨੇ ਜਿਹੜੇ ਗਰੋ ਕੀਤੇ ਨੇ। ਮੈਂ ਕਹਿੰਦਾ ਵੀ ਇਹਨਾਂ ਦੀ ਮਿਹਨਤ ਆ ਔਰ ਮਿਹਨਤ ਦੇ ਸਦਕਾ ਹੀ ਆ ਇਹੋ ਜਿਹਾ ਜਿਹੜਾ ਫਲ ਆਇਆ ਹੈ। ਜਿੱਥੇ ਗੱਲ ਆ ਵਿਦੇਸ਼ ਜਾਣ ਦੀ, ਵਿਦੇਸ਼ ਤਾਂ ਹੀ ਜਾਂਦੇ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਜਾਂ ਕਹਿ ਲਓ ਕਿ ਉਹਨਾਂ ਦੇ ਪੇਰੈਂਟ ਨੇ ਉਹ ਰਿਸਕ ਨਹੀਂ ਲੈਣਾ ਚਾਹੁੰਦੇ, ਸਭ ਤੋਂ ਵੱਡੀ ਗੱਲ ਇਹ ਆ ਇਹਨਾਂ ਨੇ ਰਿਸਕ ਲਿਆ। ਹੁਣ ਜਦੋਂ ਅਸੀਂ ਗੱਲ ਕਰਾਂਗੇ ਕਿ ਇਹਦੇ ਵਿੱਚ 25,000 ਬੂਟਾ ਲੱਗਾ ਔਰ 1 ਏਕੜ ਦੇ ਵਿੱਚ ਔਰ ਇੱਕ ਬੂਟੇ ਦਾ ਰੇਟ 10 ਰੁਪਏ ਆ, ਹੁਣ 2.5 ਲੱਖ ਰੁਪਈਆ ਜਿਹੜਾ ਹੈ ਕਿਸੇ ਨੂੰ ਦੱਸਾਂਗੇ ਕਿ ਅਸੀਂ ਬੀ ਪਾਇਆ ਜਾਂ ਅਸੀਂ ਪਨੀਰੀ ਲਿਆ ਕੇ ਲਾਈ ਆ, ਉਹਨੇ ਕਹਿਣਾ ਇਹਨੇ ਖੱਟਣਾ ਕੀ ਆ। ਹੁਣ ਇਹ ਇਨਵੈਸਟ ਕਰਨ ਵਾਸਤੇ ਰਿਸਕ ਲੈਣ ਵਾਸਤੇ ਹਿੰਮਤ ਚਾਹੀਦੀ ਆ, ਉਹ ਜਿਹੜੀ ਜਸਪ੍ਰੀਤ ਨੇ ਕੀਤੀ। ਬਿਲਕੁਲ ਜੀ, ਬਿਲਕੁਲ ਭੁੱਲਰ ਸਾਹਿਬ, 2.5 ਲੱਖ ਰੁਪਏ ਦਾ ਬੀ ਪਾਉਣਾ ਇੱਕ ਮਿਹਨਤ ਰੱਖਦਾ ਹੈ ਅਤੇ ਉਹ ਵੀ ਫਸਲ ਅਣਜਾਣ ਫਸਲ ਜਿਹੜੀ ਸਾਡੀ ਰਵਾਇਤੀ ਫਸਲ ਨਹੀਂ ਹੈਗੀ। ਹਾਲਾਂਕਿ ਠੀਕ ਆ, ਉਹਨੇ ਦੱਸਿਆ ਕਿ ਮੇਰਾ ਪਿੱਛੇ ਥੋੜ੍ਹਾ ਜਿਹਾ ਜਦੋਂ ਪਿੱਛੇ ਲਾਉਂਦਾ ਰਿਹਾ 2 ਸਾਲ ਤਾਂ ਉਦੋਂ ਥੋੜ੍ਹੀ ਜਿਹੀ ਕਮਜ਼ੋਰ ਰਹੀ ਆ, ਪਰੰਤੂ ਐਤਕੀ ਉਹਨੇ ਜੋ ਕੀਤਾ ਇਹ ਮੇਰੇ ਖਿਆਲ ਵਿਲੱਖਣ ਆ।
और पंजाब दे विच किसी ने होर करके विखाया भी नहीं होना। और इन फ्यूचर जिहड़ी हैगी आ साडे दे नौजवान वीर अपने खेती दे वल आ के और इहो जिहियां फसलां प्रोड्यूस करन जिन्हां दे नाल साडा जिहड़ा हैगा ਉਹ ਡਾਇਵਰਸੀਫਿਕੇਸ਼ਨ ਵੀ ਆਵੇ ਝੋਨੇ ਕਣਕ ਦੇ ਚੱਕਰ ਚੋਂ ਵੀ ਨਿਕਲ ਜਾਈਏ ਔਰ ਵਾਧੂ ਮੁਨਾਫਾ ਵੀ ਕਮਾਈਏ। ਬਿਲਕੁਲ ਭੁੱਲੂ ਸਾਹਿਬ, ਥੋੜ੍ਹਾ ਰਿਸਕ ਤਾਂ ਜ਼ਰੂਰ ਹੁੰਦਾ ਹੈ ਲੇਕਿਨ ਜਦੋਂ ਉਹਨੂੰ ਫਲ ਲੱਗਦਾ ਫਿਰ ਬੰਦਾ ਦੁੱਗਣਾ ਤਿੱਗਣਾ। ਬਹੁਤ 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 ਮੈਂ ਨਾ ਸਾਨੂੰ ਵੇਖਣ ਆਇਆਂ ਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਅਤੇ ਉਹ ਜਿਹੜਾ ਬੰਦਾ ਜਿਹੜਾ ਜਸਪ੍ਰੀਤ ਸਾਡਾ ਵੀਰ ਆ ਜਦੋਂ ਉਹਨੂੰ ਇਹਦੀ ਆਮਦਨ ਆਉਂਦੀ ਆ ਉਹਨੂੰ ਵੀ ਤਾਂ ਚਾਅ ਚੜ੍ਹਦਾ ਹੀ ਹੈ। ਇਹ ਮੋਗੇ ਅਤੇ ਸਾਡੇ ਮਤਲਬ ਪੰਜਾਬ ਦੇ ਸੈਂਟਰ 'ਚ ਜਿਹੜੀ ਇਹਦੀ ਫਸਲ ਉਗਾਈ ਗਈ ਹੈ, ਤੁਸੀਂ ਜਿਹੜੇ ਸਾਡੇ ਸਰਹੱਦੀ ਆ ਜਾਂ ਅੰਮ੍ਰਿਤਸਰ ਆ ਫਿਰੋਜ਼ਪੁਰਾ ਫਾਜ਼ਿਲਕਾ ਬਠਿੰਡਾ ਲੁਧਿਆਣਾ ਹੋਰਨੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਇਸ ਖੇਤ ਨੂੰ ਦੇਖ ਕੇ? ਮੈਂ ਕਹਿੰਦਾ ਕਿ ਸਾਡਾ ਪੰਜਾਬ ਹੀ ਸਮੁੱਚਾ ਪੰਜਾਬ ਜਿਹੜਾ ਹੈ ਉਹਦਾ ਜਲਵਾਯੂ ਐਡਾ ਵਧੀਆ ਹੈ ਕਿ ਉਹਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਸਾਡੇ ਕਹਿੰਦੇ ਹੁੰਦੇ ਸੀ ਪੰਜਾਬ ਦੀ ਜ਼ਮੀਨ 'ਤੇ ਬੰਦੇ ਉੱਗ ਸਕਦੀ ਆ, ਤਾਂ ਬੰਦੇ ਨਹੀਂ ਵੀ ਉੱਗਦੇ ਅਤੇ ਉਹ ਚਲੋ ਕੁਦਰਤੀ ਵਰਤਾਰਾ ਹੈ। ਕਹਿਣ ਦੀ ਗੱਲ ਇਹੀ ਹੁੰਦੀ ਕਿ ਇੱਥੋਂ ਹਰ ਕੁਛ ਹਾਸਲ ਕੀਤਾ ਜਾ ਸਕਦਾ, ਸਿਰਫ ਇਹ ਕਿ ਸਾਡੀ ਹਿੰਮਤ ਹੋਣੀ ਚਾਹੀਦੀ, ਹਿੰਮਤ ਨਾਲ ਸਭ ਕੁਝ ਹੋ ਸਕਦਾ। ਬਿਲਕੁਲ ਬਿਲਕੁਲ ਭੁੱਲੂ ਸਾਹਿਬ, ਤੁਹਾਡੀ ਗੱਲ ਸਹੀ ਆ। ਚਲੋ ਆਪਾਂ ਖੇਤ ਵੀ ਦੇਖਦੇ ਹਾਂ, ਖੇਤ 'ਚ ਤੁੜਾਈ ਵੀ ਹੋ ਰਹੀ ਆ, ਕੁਛ ਬੀਬੀਆਂ ਭੈਣਾਂ ਜਿਹੜੀਆਂ ਹੈਗੀਆਂ ਉਹ ਬੜੇ ਉਤਸ਼ਾਹ ਨਾਲ ਖੁਸ਼ੀ ਖੁਸ਼ੀ ਜਿਹੜੀ ਤੁੜਾਈ ਕਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨੇ ਕਿਤਨੇ ਜਿਹੜੇ ਕਿੰਨੀ ਗਿਣਤੀ 'ਚ ਜਿਹੜੇ ਕਿਸਾਨਾਂ ਨੂੰ ਜਿਹੜਾ ਹੈਗਾ ਰੁਜ਼ਗਾਰ, ਮਜ਼ਦੂਰਾਂ ਰੁਜ਼ਗਾਰ ਦਿੱਤਾ। ਆਓ, ਇਹਦਾ ਵੀ ਇੱਕ ਵੱਡਾ ਵੱਡਾ ਲਾਭ ਆ ਸਾਨੂੰ ਹੱਟ ਕੇ ਖੇਤੀ ਕਰਨ ਦਾ। ਨੌਜਵਾਨ ਜਿਹੜਾ ਲਖਵਿੰਦਰ ਸਿੰਘ ਅਗਾਂਹਵਾਦੂ ਲੱਖਾ ਤੂ ਜਿਹੜਾ ਜਾਣਿਆ ਜਾਂਦਾ, ਉਹ ਵੀ ਸਾਡੇ ਨਾਲ ਮੌਜੂਦ ਆ, ਉਹ ਵੀ ਖੇਤ ਦਾ ਨਿਰੀਖਣ ਕਰਦੇ ਹੋਏ ਤੜਾਈ ਦਾ ਇੰਜੋਏ ਕਰ ਰਹੇ ਆ। ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਉਹ ਕੀ ਮਹਿਸੂਸ ਕਰਦੇ ਆ। ਲਖਵਿੰਦਰ ਸਿੰਘ ਜੀ, ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਦੇਖ ਰਹੇ ਹਾਂ ਵੀ ਤੜਾਈ ਹੋ ਰਹੀ ਆ, ਬੜਾ ਵੱਡਾ ਸਹਿਜ ਜਿਹੜਾ ਸਟ੍ਰਾਬੈਰੀ ਦਾ ਜਿਹੜਾ ਪੈਦਾ ਹੋਇਆ ਚੀਮਾ ਸਾਹਿਬ ਦੇ ਖੇਤ 'ਚ, ਅਤੇ ਇਹਦਾ ਸਿਹਰਾ ਕਿਤੇ ਨਾ ਕਿਤੇ ਤੁਹਾਨੂੰ ਵੀ ਜਾਂਦਾ ਹੈ, ਤੁਸੀਂ ਇਹਦੇ ਬਾਰੇ ਕੀ? ਨਹੀਂ, ਮੈਨੂੰ ਸਿਹਰਾ ਨਹੀਂ ਭਾਜੀ, ਇਹ ਸਿਹਰਾ ਜਸਪ੍ਰੀਤ ਦੀ ਮਿਹਨਤ ਨੂੰ ਜਾਂਦਾ, ਠੀਕ ਹੈ ਜੀ। ਪਰ ਲਾ ਤਾਂ ਹਰ ਕੋਈ ਲੈਂਦਾ, ਪਰ ਉਹਨੂੰ ਸੰਭਾਲ ਕਰਨੀ ਜਾਂ ਉਹਦਾ ਚੀਜ਼ ਤਿਆਰ ਕਰਨੀ ਉਹ ਮੁਸ਼ਕਲ ਹੈ। ਜੋ ਜਸਪ੍ਰੀਤ ਨੇ ਮਿਹਨਤ ਕੀਤੀ ਆ, ਜੋ ਮਿਹਨਤ ਦਾ ਫਲ ਉਹਨੂੰ ਮਿਲਿਆ। ਹਾਂ ਬਿਲਕੁਲ ਲਖਵਿੰਦਰ ਜੀ, ਉਹਨਾਂ ਨੇ ਸਾਨੂੰ ਦੱਸਿਆ ਵੀ ਉਹ ਤੁਸੀਂ ਉਹਨਾਂ ਨੂੰ ਇਹਦੇ ਵੱਲ ਪ੍ਰੇਰਿਤ ਕੀਤਾ ਅਤੇ ਅੱਜ ਜਿਹੜਾ ਜਸਪ੍ਰੀਤ ਨੇ ਜਿਹੜੀ ਉਹ ਖੇਤੀ ਆ ਉਹਨੂੰ ਕਰਨ 'ਚ ਉਹ ਸਫਲ ਹੋਇਆ। ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓ, ਜਿਹੜੀ ਸਟ੍ਰਾਬੈਰੀ ਦੀ ਖੇਤੀ ਆ ਇਹ ਕਿਸ ਤਰ੍ਹਾਂ ਹੁੰਦੀ ਹੈ? ਭਾਜੀ ਆਪਾਂ ਇੱਕ ਸਾਲ ਲਾਈ ਸੀ ਅਤੇ ਉਦੋਂ ਆਪਾਂ ਨੂੰ ਥੋੜ੍ਹੀ ਪਨੀਰੀ ਮਾੜੀ ਮਿਲਣੇ ਕਰਕੇ ਅਤੇ ਉਦੋਂ ਸਫਲ ਨਹੀਂ ਹੋ ਸਕੀ। ਇੱਕ ਆਪਣੀ ਜ਼ਮੀਨ ਥੋੜ੍ਹੀ ਜਿਹੀ ਰੇਤਲੀ ਪਣ ਜ਼ਿਆਦਾ ਸੀ ਅਤੇ ਉਦੋਂ ਬਾਅਦ ਜਸਪ੍ਰੀਤ ਨਾਲ ਮੈਂ ਗੱਲ ਕੀਤੀ ਅਤੇ ਫਿਰ ਅਸੀਂ 3 ਸਾਲ ਤੋਂ ਇਹ ਲਾ ਰਹੇ ਹਾਂ। ਇਕੱਠਿਆਂ ਨੇ ਮਿਹਨਤ, ਪਨੀਰੀ ਲੱਭਣੀ, ਹਿਮਾਚਲ ਤੱਕ ਗਏ, ਹੋਰ ਕਈ ਸਟ੍ਰਾਬੇਰੀ ਫਾਰਮ ਵੇਖੇ, ਪਰ ਐਤਕੀ ਜਸਪ੍ਰੀਤ ਆਪ ਜਾ ਕੇ ਪੂਨੇ ਤੋਂ ਉੱਥੇ ਤਿਆਰ ਕਰਵਾਈ ਇਹਨੇ ਆਪ ਆਪਦੀ ਦੇਖ, ਹਾਂ ਆਪਦੀ ਦੇਖ ਰੇਖ 'ਚ ਸਫਲ ਰਿਜ਼ਲਟ ਦੇਖਣ। ਹਾਂ ਭਾਜੀ, ਹਰੇਕ ਬੰਦਾ ਪੈਸਾ ਕਮਾਉਣਾ ਚਾਹੁੰਦਾ, ਪਰ ਇਹ ਪਨੀਰੀਆਂ ਦੇ ਵਿੱਚ ਵੀ ਜੰਟ ਬੈਠੇ ਆ ਵੀ ਉੱਥੋਂ ਪਨੀਰੀ 2-4 ਰੁਪਏ ਬੂਟਾ, 5 ਰੁਪਏ ਮਾੜਾ ਬੂਟਾ ਲੈ ਕੇ, ਆਪਾਂ ਨੂੰ ਤਾਂ ਆਪਣੀ ਨੌਲੇਜ ਨਹੀਂ ਹੁੰਦੀ ਅਤੇ ਉਦੋਂ ਜਦੋਂ ਆਪਾਂ ਮਾੜੀ ਪਨੀਰੀ ਲੈ ਲੈਂਦੇ ਹਾਂ ਉਦੋਂ ਨੁਕਸਾਨ ਹੁੰਦਾ ਜੀ। ਤੁਹਾਡੇ ਕਹਿਣ ਦਾ ਮਤਲਬ ਇਹ ਫਸਲ ਤਾਂ ਸਾਡੇ ਵੀ ਪੋਸੀਬਲ ਆ, ਜਿਵੇਂ SDF ਸਾਹਿਬ ਨੇ ਕਿਹਾ ਵੀ ਹਰ ਤਰ੍ਹਾਂ ਦਾ ਜਿਹੜਾ ਜਿਹੜੀ ਪੰਜਾਬ ਦੀ ਧਰਤ ਆ ਉਹ ਫਸਲ ਉਗਾ ਸਕਦੀ ਹੈ, ਲੇਕਿਨ ਜਿਹੜੇ ਏਜੰਟ ਆ ਜਾਂ ਜਿਹੜੇ ਬੀਜ ਦੇਣ ਵਾਲੇ ਆ ਉਹਨਾਂ 'ਚ ਕਿਤੇ ਨਾ ਕਿਤੇ ਵੱਡੀ ਬਹੁਤ ਗੜਬੜ ਹੈ, ਵੱਡੀ ਵੱਡੇ ਪੱਧਰ 'ਤੇ ਉੱਥੇ ਹੀ ਹੈ ਜੀ, ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੀ। ਜਿਵੇਂ ਹੁਣ ਮਦਰ ਪਲਾਂਟ ਆਏ ਜਿੱਥੇ ਤਿਆਰ ਕਰਾਈ ਜਸਪ੍ਰੀਤ ਨੇ ਆਪਦੀ ਦੇਖ ਰੇਖ ਹੇਠਾਂ, ਤੁਸੀਂ ਅੱਜ ਦੇਖੋ ਜਿੰਨਾ ਵੀ ਪਲਾਂਟ ਲਾਇਆ ਉਹਦੇ ਵਿੱਚੋਂ 1 ਪਲਾਂਟ ਵੀ ਡੈਮੇਜ ਨਹੀਂ ਹੋਇਆ ਇਹਦਾ। ਮਤਲਬ ਇਹ ਅੱਛਾ ਬੀਜ ਮਿਲਿਆ ਅਤੇ ਤਾਂ ਹੀ ਬੰਪਰ ਫਸਲ। ਹਾਂਜੀ ਭਾਜੀ, ਬਿਲਕੁਲ ਵਧੀਆ ਜੀ। ਆਓ ਆਪਾਂ ਉੱਥੇ ਜਿਹੜੀ ਕੜਾਈ ਹੋ ਰਹੀ ਆ ਉਹਦੇ ਮਾਰਕੀਟਿੰਗ ਦਾ ਵੀ ਕੀਤਾ ਜਾ ਰਿਹਾ, ਉਹਦੇ ਬਾਰੇ ਵੀ ਆਪਾਂ ਦੇਖਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਮਨ ਨੂੰ ਭਾਰੀ ਹੈ ਫਸਲ, ਜਿਹੜੀ ਪਹਿਲੀ ਵਾਰ ਸਾਨੂੰ ਤਾਂ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਬੰਪਰ ਫਸਲ ਜਿਹੜੀ ਸਾਡੇ ਪੰਜਾਬ ਨੂੰ ਉੱਪਰ ਲੈ ਕੇ ਜਾਣ 'ਚ ਵੱਡੀ ਸਹਾਈ ਹੋਵੇਗੀ। ਅਸੀਂ ਗੱਲ ਕਰਦੇ ਹਾਂ ਭੈਣ ਨਾਲ, ਭੈਣ ਕੀ ਕਹਿੰਦੀ ਹੈ? ਭੈਣ ਜੀ ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਇੱਥੇ ਫਸਲ ਤੋੜਨ ਆਏ ਹੋ, ਕਿਵੇਂ ਮਹਿਸੂਸ ਕਰ ਰਹੇ ਹੋ? ਇਹ ਤੋਂ ਪਹਿਲਾਂ ਵੀ ਕਦੇ ਤੁਸੀਂ ਸਟ੍ਰਾਬੇਰੀ ਦੀ ਫਸਲ ਕਿਤੇ ਤੋੜੀ ਸੀ? ਪਿਛਲੇ ਸਾਲ ਤੋੜੀ ਸੀ ਥੋੜੀ ਬਹੁਤ, ਇਸੇ ਖੇਤ 'ਚ, ਇਹ ਤੋਂ ਬਾਹਰ ਨਹੀਂ? ਨਹੀਂ, ਕਿਸੇ ਖੇਤ ਬਾਹਰ ਨਹੀਂ ਗਏ ਅਸੀਂ ਤੇ ਇਹਨਾਂ ਜਸਪ੍ਰੀਤ ਬਾਈ ਕੇ ਹੋਣੇ ਨੇ, ਅਸੀਂ ਬਸ 1 ਸਾਲ ਹੋ ਗਿਆ ਸਾਨੂੰ ਆਉਂਦੇ ਨੂੰ। ਬਿਲਕੁਲ ਜੀ, ਇਹ ਭੈਣਾਂ ਵੀ ਖੁਸ਼ ਆ ਕਿ ਉਹਨਾਂ ਨੂੰ ਰੁਜ਼ਗਾਰ ਮਿਲਿਆ ਵੀ ਉਹ ਵੀ ਸਟ੍ਰਾਬੇਰੀ ਦੀ ਫਸਲ ਉਹਨਾਂ ਨੂੰ ਵੀ ਇਸ ਜਸਪ੍ਰੀਤ ਸਿੰਘ ਚੀਮਾ ਸਾਹਿਬ ਦੇ ਖੇਤ ਵਿੱਚੋਂ ਹੀ ਜਿਹੜੀ ਤੋੜਨ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਕਣਕ ਝੋਨੇ ਦੇ ਚੱਕਰ 'ਚ ਹੀ ਜਿਹੜੇ ਸਾਡੇ ਕਿਸਾਨ ਫਸੇ ਹੋਏ ਆ, ਇਹ ਬੜੀ ਪ੍ਰੇਰਨਾਦਾਇਕ ਮੈਂ ਕਹੂੰਗਾ ਖੇਤੀ ਹੈ। ਸਾਡੇ ਸਮੂਹ ਕਿਸਾਨਾਂ ਨੂੰ ਇਸ ਵੱਲ ਮੁੜਨਾ ਪੈਣਾ ਸੁਭਾਵਿਕ ਹੈ। ਆਓ ਤੁਸੀਂ ਦੇਖਦੇ ਹਾਂ ਕਿਸ ਤਰ੍ਹਾਂ ਜਿਹੜੀ ਉਹਦੀ ਤੁੜਾਈ ਹੋ ਰਹੀ ਹੈ, ਫਿਰ ਉਸਦੀ ਮਾਰਕੀਟਿੰਗ ਲਈ ਵੀ ਇੱਥੇ ਹੀ ਪ੍ਰਬੰਧ।
किए गए किस तरह बड़ी वधिया पैकिंग करके जड़ा स्ट्रॉबेरी नू डब्बियां च बंद किया जा रहा ट्रेयां च बंद किया जा रहा की नाम जी तुहाडा दत्तात्रेय चौधरी चौधरी साहब तुसीं इत्थे स्ट्रॉबेरी तोड़ रहे पैकिंग कर रहे हो किवें महसूस कर रहे हो पहला भी कदे किसे हम घूमने आए घूमने आए घूमने आए सी कितना प्रोलॉन्ग कर रहे हो ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸਤਾਰਾ ਮਹਾਰਾਸ਼ਟਰ ਪੁਨੇ ਮਹਾਰਾਸ਼ਟਰ ਅਸੀਂ ਪੰਜਾਬ ਚ ਘੁੰਮਣ ਆਏ ਸੀ ਤੇ ਆ ਸਟ੍ਰਾਬੇਰੀ ਇਦਾਂ ਦੀ ਪਹਿਲਾਂ ਕਦੇ ਐਸ ਸਾਈਜ਼ ਦਾ ਦੇਖਿਆ ਛੋਟਾ ਜਾਂ ਵੱਡਾ ਨਹੀਂ ਨਹੀਂ ਸਾਈਜ਼ ਨਹੀਂ ਦੇਖਿਆ ਇਹ ਬਹੁਤ ਵੱਡਾ ਸਾਈਜ਼ ਹੈ ਅੱਛਾ ਹੈ ਬਿਲਕੁਲ ਜੀ ਆ ਦੇਖੋ ਹਮਾਰੇ ਇਧਰ ਵੀ ਨਹੀਂ ਹੈ ਐਸਾ ਹਮਾਰੇ ਇਧਰ ਵੀ ਨਹੀਂ ਆ ਮਹਾਰਾਸ਼ਟਰ ਚ ਵੀ ਇਸ ਵੱਡਾ ਸਾਈਜ਼ ਨਹੀਂ ਹੁੰਦਾ ਹਾਂ ਨਹੀਂ ਬਿਲਕੁਲ ਜੀ ਜਿਹੜਾ ਵੀਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਤੋਂ ਆਏ ਹੋਏ ਆ ਉਹ ਇੱਧਰ ਘੁੰਮਣ ਆਏ ਸੀ ਤੇ ਉਹਨਾਂ ਨੇ ਸਟ੍ਰਾਬੇਰੀ ਦੇ ਖੇਤ ਦੇਖ ਕੇ ਇੱਥੇ ਉਹਦੀ ਪੈਕਿੰਗ ਕਰ ਰਹੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਕਦੇ ਵੀ ਉਹਨਾਂ ਨੇ ਉੱਥੇ ਵੀ ਇਹ ਜਿਹੜੀ ਇਹਦੀ ਐਡੀ ਨਹੀਂ ਦੇਖੀ ਆਪਾਂ ਜਸਪ੍ਰੀਤ ਤੋਂ ਪੁੱਛਦੇ ਹਾਂ ਮਾਰਕੀਟਿੰਗ ਦੇ ਬਾਰੇ ਵੀ ਥੋੜ੍ਹਾ ਜਾਣਦੇ ਹਾਂ ਚੀਮਾ ਸਾਹਿਬ ਥੋੜ੍ਹਾ ਜਿਹਾ ਸਾਡੇ ਜਿਹੜੇ ਕਿਸਾਨ ਆ ਜਾਂ ਸਾਡੇ ਨੌਜਵਾਨ ਖਾਸ ਤੌਰ 'ਤੇ ਕਿਉਂਕਿ ਇਹ ਨੌਜਵਾਨਾਂ ਦੀ ਖੇਤੀ ਕਰਨ ਵਾਲੇ 'ਚ ਭੱਜ ਦੌੜ ਵੀ ਹੈਗੀ ਹੈ ਤੇ ਤੁਸੀਂ ਮਾਰਕੀਟਿੰਗ ਬਾਰੇ ਤੇ ਨੌਜਵਾਨਾਂ ਨੂੰ ਇਸ ਹਟਵੀਂ ਖੇਤੀ ਬਾਰੇ ਥੋੜੇ ਚੰਦ ਸ਼ਬਦਾਂ ਨਾਲ ਜ਼ਰੂਰ ਮਾਰਕੀਟ ਦੀ ਗੱਲ ਕਰੀਏ ਨਾ ਤੁਸੀਂ ਹੁਣ ਵੀਡੀਓ ਚਲਾਓਗੇ ਤੁਹਾਡੀ ਵੀਡੀਓ ਥੱਲੇ ਕਮੈਂਟ ਆਉਣੇ ਆ ਬਈ ਇਹ ਫੇਲ ਆ ਇਹਦੀ ਮਾਰਕੀਟ ਹੈ ਨਹੀਂ ਇਹ ਵਿਕਦੀ ਨਹੀਂ ਪਰ ਜਦੋਂ ਤੁਸੀਂ ਪ੍ਰੋਡਕਸ਼ਨ ਕਰ ਸਕਦੇ ਆ ਨਾ ਪ੍ਰੋਡਕਸ਼ਨ ਤਾਂ ਹੋਜੂ ਮਾਰਕੀਟਿੰਗ ਦੀ ਸਮੱਸਿਆ ਵਿਕ ਕੇ ਆਉਂਦੀ ਆ ਮਾਰਕੀਟ ਤੁਹਾਨੂੰ ਆਪ ਨੂੰ ਹੀ ਲੱਭਣੀ ਪੈਂਦੀ ਆ ਪਰ ਇਹੋ ਜਿਹੀ ਕੋਈ ਚੀਜ਼ ਨਹੀਂ ਮਿੱਟੀ ਵਿਕ ਜਾਂਦੀ ਆ ਇਹ ਤਾਂ ਫਿਰ ਫਸਲ ਆ ਫਸਲ ਵਿੱਚ ਆਪਣੀ ਵਧੀਆ ਉਹਦੀ ਪੈਕੇਜਿੰਗ ਕਿਵੇਂ ਕਰਨੀ ਆ ਕੁਆਲਿਟੀ ਕਿਵੇਂ ਮੇਨਟੇਨ ਰੱਖਣੀ ਆ ਕੁਆਲਿਟੀ ਦੇ ਪੈਕੇਜਿੰਗ ਹੀ ਤੁਹਾਡੀ ਮਾਰਕੀਟ ਆ ਜੇ ਤੁਹਾਡੇ ਕੋਲ ਵਧੀਆ ਕੁਆਲਿਟੀ ਦਾ ਫਰੂਟ ਆ ਉਹਦੀ ਪੈਕੇਜਿੰਗ ਵਧੀਆ ਤਾਂ ਮਾਰਕੀਟ ਦੇ ਵਿੱਚ ਤੁਸੀਂ ਪਹਿਲ ਦੇ ਆਧਾਰ 'ਤੇ ਫਸਲ ਨੂੰ ਵੇਚ ਸਕਦੇ ਆ ਬਸ ਇਹੀ ਚੀਜ਼ ਮੇਨ ਪਹਿਲੂ ਆ ਇਸ ਫਸਲ ਦੇ ਮਾਰਕੀਟ ਕਰਨ ਵਾਸਤੇ ਕੁਆਲਿਟੀ ਅਤੇ ਪੈਕੇਜਿੰਗ ਬਿਲਕੁਲ ਜਿਵੇਂ ਤੁਸੀਂ ਬੈੱਡਾਂ 'ਤੇ ਲਾਈ ਹੋਈ ਤੁਸੀਂ ਕੀ ਨੋਰਮਲ ਕਿਸਾਨਾਂ ਨੂੰ ਜਿਹੜੇ ਖੇਤੀ ਕਰਨ ਦੇ ਬਸ ਆਪਣਾ ਧਿਆਨ ਦੇਣ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਦੋਂ ਇਹਦੇ ਬੀਜ ਜਿਹੜੇ ਉਹ ਪ੍ਰਾਪਤ ਕਰਨ ਅਤੇ ਕਦੋਂ ਲਗਾ ਕੇ ਕਦੋਂ ਇਹਦੀ ਮਾਰਕੀਟਿੰਗ ਇਹ ਇਸ ਫਸਲ ਦੀ ਜਿਹੜੀ ਆਪਾਂ ਬਿਜਾਈ ਦਾ ਸਮਾਂ ਵਾ ਉਹ ਜਦੋਂ 30-35 ਡਿਗਰੀ ਟੈਂਪਰੇਚਰ ਹੋ ਜਾਂਦਾ ਨਾ ਉਦੋਂ ਇਹਦੀ ਬਿਜਾਈ ਆਪਾਂ ਕਰਨੀ ਸਟਾਰਟ ਕਰ ਸਕਦੇ ਹਾਂ ਮੰਨ ਲਓ ਇਹ 20 ਸਪਤੰਬਰ ਦੇ ਨੇੜੇ ਤੇੜੇ ਆਪਣਾ ਮੌਸਮ ਮਾਹੌਲ ਪੰਜਾਬ ਦਾ ਹੋ ਜਾਂਦਾ ਉਦੋਂ ਆਪਾਂ ਇਹਨੂੰ ਖੇਤ ਦੇ ਵਿੱਚ ਲਾ ਸਕਦੇ ਹਾਂ ਬਾਕੀ ਮਾਰਚ ਤੱਕ ਇਹ ਚੱਲਦੀ ਆ ਜਦੋਂ ਮੰਨ ਲਓ 35 ਡਿਗਰੀ ਪਲੱਸ ਟੈਂਪਰੇਚਰ ਹੋ ਗਿਆ ਉਦੋਂ ਬਾਅਦ 'ਚ ਖਤਮ ਹੋਣਾ ਸਟਾਰਟ ਕਰ ਦੂੰਗੀ ਮਤਲਬ ਮਾਰਚ ਤੱਕ ਇਹਦੀ ਤੁੜਾਈ ਹੋਊਗੀ ਤੇ ਜਿਹੜੀ ਇਹਦੀ ਮਾਰਕੀਟਿੰਗ ਅਸੀਂ ਕਹਿ ਸਕਦੇ ਹਾਂ ਵੱਡੇ ਸ਼ਹਿਰਾਂ 'ਚ ਇਹਦੀ ਜ਼ਿਆਦਾ ਮੰਗ ਹੋਊਗੀ ਬਸ ਹਾਂਜੀ ਇਹ ਜਿਵੇਂ ਵੱਡੇ ਸ਼ਹਿਰ ਆ ਉਹਨਾਂ 'ਚ ਮਾਰਕੀਟ ਵਧੀਆ ਵਾ ਜਿਵੇਂ ਛੋਟੇ ਕਸਬਿਆਂ 'ਚ ਮਾਰਕੀਟ ਘੱਟ ਆ ਜਿਵੇਂ ਤੁਹਾਡਾ ਸਹਿਜ ਕਾਫੀ ਵੱਡੇ ਸਹਿਜ 'ਚ ਸਟ੍ਰਾਬੇਰੀ ਹੋਈ ਆ ਇਹਦੀ ਤਾਂ ਡਿਮਾਂਡ ਵੀ ਵੱਧ ਤੁਹਾਨੂੰ ਆਟੋਮੈਟਿਕ ਮੰਨ ਲਓ ਆਰਡਰ 'ਤੇ ਜਾਂਦਾ ਮਾਲ ਜੀ ਜਿੰਨਾ ਹੁੰਦਾ ਆਪਣੇ ਕੋਲ ਵੀ ਉਹਦਾ ਆਰਡਰ ਪਹਿਲਾਂ ਹੋਇਆ ਹੁੰਦਾ ਆਪਣੇ ਕੋਲ ਵੀ ਆਪਾਂ ਨੂੰ ਅੱਜ 60 ਟਰੇਆਂ ਚਾਹੀਦੀਆਂ 50 ਟਰੇਆਂ ਚਾਹੀਦੀਆਂ ਉਹ ਆਰਡਰ ਹੁੰਦਾ ਸਗੋਂ ਮੇਰੇ ਤੋਂ ਕਲੀਅਰ ਨਹੀਂ ਹੁੰਦਾ ਕਈ ਵਾਰੀ ਵੀ ਮੇਰੇ ਤੋਂ ਛੋਟ ਘੱਟ ਰਹਿ ਜਾਂ ਸ਼ਾਰਟ ਰਹਿ ਜਾਂਦਾ ਕਿ 100 ਟਰੇ ਦਾ ਆਰਡਰ ਹੁੰਦਾ ਮੇਰੇ ਕੋਲ 80 ਦੀ ਪ੍ਰੋਡਕਸ਼ਨ ਹੀ ਹੁੰਦੀ ਆ ਵੀ ਸ਼ਾਰਟ 'ਚ ਹੀ ਰਹਿ ਜਾਂਦਾ ਕਿਉਂਕਿ ਡਿਮਾਂਡ ਬਹੁਤ ਆ ਕੁਆਲਿਟੀ ਵਧੀਆ ਸੀਗੀ ਅਤੇ ਡਿਮਾਂਡ ਸੋਹਣੀ ਸੀ ਡਿਮਾਂਡ ਦੇ ਨਾਲ ਹੀ ਕੁਆਲਿਟੀ ਦੇ ਨਾਲ ਹੀ ਮਾਰਕੀਟ ਦੇ ਵਿੱਚ ਪ੍ਰਾਈਸ ਆ ਤੁਹਾਡਾ ਜੇ ਅਸੀਂ ਗੱਲ ਕਰੀਏ 1 ਏਕੜ ਮਗਰ ਜਾਂ 1 ਕਨਾਲ 'ਤੇ ਆਈਏ 1 ਏਕੜ ਤਾਂ ਜ਼ਿਆਦਾ ਹੈ ਹਰ ਕਿਸਾਨ ਦੇ ਵਾਸਤੇ ਨਹੀਂ ਹੋਣਾ ਜੇ ਕਿਸੇ ਨੇ ਤਜਰਬੇ ਤੌਰ 'ਤੇ ਇਸ ਪਾਸੇ ਆਉਣਾ ਤਾਂ ਉਹਦੇ 'ਤੇ ਕਿੰਨਾ 1 ਕਨਾਲ 'ਤੇ ਘੱਟੋ ਘੱਟ ਕਿਸਾਨ ਦਾ ਤਜਰਬਾ ਜ਼ਰੂਰ ਸਾਂਝਾ ਕਰੇ ਕਿੰਨਾ ਖਰਚਾ ਆਜੂਗਾ ਮੰਨ ਲਓ ਜੇ ਉਹਦੇ ਕੋਲ ਪਹਿਲਾਂ ਡ੍ਰਿਪ ਸਿਸਟਮ ਆਪਦਾ ਹੈਗਾ ਜਾਂ ਡ੍ਰਿਪ ਡੁਪ ਲੱਗੀ ਹੋਈ ਆ ਫਿਰ ਤਾਂ ਉਹਦੇ 'ਤੇ ਮੰਨ ਲਓ ਤੁਸੀਂ 10-12 ਰੁਪਏ ਪਲਾਂਟ ਦਾ ਖਰਚਾ ਪੈ ਜਾਂਦਾ 10-12 ਪਲੱਸ ਉਹਦੇ 'ਤੇ ਪਰ ਪਲਾਂਟ ਕੋਸਟਿੰਗ ਆ ਜਾਂਦੀ ਆ 24-25 ਰੁਪਏ ਪਲਾਂਟ ਪੈਂਦਾ ਜੇ 3000 ਵੀ ਪਲਾਂਟ ਲਾਉਂਦਾ ਤਾਂ 75,000 ਰੁਪਏ ਕਨਾਲ 'ਤੇ 70,000 ਖਰਚਾ ਆ ਜਾਂਦਾ 1 ਕਨਾਲ 'ਤੇ ਹਾਂ ਕਿਉਂ ਪੈਕੇਜਿੰਗ ਮਟੀਰੀਅਲ ਵੀ ਪੈਣਾ ਇਹਦੇ ਵਾਸਤੇ ਜਿਹਨਾਂ 'ਚ ਪੈਕੇਜਿੰਗ ਹੋਣੀ ਆ ਪਨਟਸ ਪੈਂਦੇ ਆ ਟਰੇਸ ਬਣਦੀਆਂ ਉਹ ਸਾਰਾ ਮੰਨ ਲਓ ਜੇ ਲੇਬਰ ਖੁਦ ਕਰ ਸਕਦਾ ਕਨਾਲ ਦਾ ਤਾਂ ਇੱਕ ਕਿਸਾਨ ਆਪਦੀ ਮਿਹਨਤ ਨਾਲ ਵੀ ਤਿਆਰ ਕਰ ਸਾਰੀ ਪੈਕੇਜਿੰਗ ਵਗੈਰਾ ਕਰ ਸਕਦਾ ਅਤੇ ਉਦੋਂ ਬਿਨਾਂ ਯਾਨੀ ਕਿ ਤੁਸੀਂ ਮੰਨ ਲਓ 60-70 ਹਜ਼ਾਰ ਤਾਂ ਬੜੇ ਆਰਾਮ ਨਾਲ ਖਰਚਾ ਆ ਜਾਂਦਾ ਜੇ ਕੁੱਲ ਮਿਲਾ ਕੇ ਜੇ ਮਾੜੀ ਫਸਲ ਵੀ ਰਹਿ ਜੇ ਤਾਂ ਉਹਦਾ ਖਰਚਾ ਤਾਂ ਪੂਰਾ ਕਰ ਹੀ ਜਾਊ ਹਾਂ ਵੈਸੇ ਇੱਦਾਂ ਦੀ ਕੋਈ ਗੱਲ ਨਹੀਂ ਵੀ ਮੰਨ ਲਓ ਘਾਟੇ ਵਾਲੀ ਤਾਂ ਨਹੀਂ ਫਸਲ ਪਰ ਜੇ ਬੰਦੇ ਕੋਲ ਇੱਕ ਕਨਾਲ ਲਾਉਂਦਾ ਵਾ ਉਹਦੇ ਨਾਲ ਉਹਨੂੰ ਤਜਰਬਾ ਤਾਂ ਜ਼ਰੂਰ ਹਾਸਲ ਹੋਊਗਾ ਜੇ ਉਹਨੂੰ ਪ੍ਰੋਫਿਟ ਨਹੀਂ ਤਾਂ ਲੋਸ ਵੀ ਨਹੀਂ ਪਰ ਉਹਨੂੰ ਇੱਕ ਤਜਰਬਾ ਮਿਲ ਜੂ ਜੇ ਉਹ ਅੱਗੇ ਤੋਂ ਵਧਾਉਣਾ ਚਾਹੁੰਦਾ ਤਾਂ ਉਹਨੂੰ ਵੇਖ ਕੇ ਵੀ ਉਹਦਾ ਤਜਰਬਾ ਐਕਸਪੀਰੀਅੰਸ ਕਰਕੇ ਉਦੋਂ ਅੱਗੇ ਬਾਅਦ 'ਚ ਵਧਾ ਸਕਦਾ ਬਿਲਕੁਲ ਜੀ ਜਿਹੜਾ ਸਾਡੇ ਚੀਮਾ ਸਾਹਿਬ ਜਿਹੜਾ ਪਰਿਵਾਰ ਆ ਮੋਗੇ ਦਾ ਜਸਪ੍ਰੀਤ ਸਿੰਘ ਚੀਮਾ ਉਹਨਾਂ ਦੇ ਬਾਪੂ ਜੀ ਜਿਹੜੇ ਦੋਨੋਂ ਪੂਰੀ ਮਿਹਨਤ ਨਾਲ
ਜਿਹੜੀ ਸਟ੍ਰਾਬੈਰੀ ਦੀ ਫਸਲ ਉਗਾਉਣ ਨੂੰ ਆਪਣੇ ਆਪ ਨੂੰ ਸਮਰਪਿਤ ਕਰੀ ਬੈਠੇ ਆ। ਇਹ ਸਾਡੇ ਸਭ ਲਈ ਖਾਸ ਤੌਰ 'ਤੇ ਕਿਸਾਨਾਂ ਲਈ, ਜਿਹੜੇ ਉੱਦਮੀ ਕਿਸਾਨ ਆ ਜਾਂ ਜਿਹੜੇ ਉੱਚ ਪੜ੍ਹੇ ਲਿਖੇ ਬੱਚੇ ਜਿਹਨਾਂ ਨੂੰ ਮਾਰਕੀਟਿੰਗ ਵੀ ਕਰ ਸਕਦੇ ਆ, ਦੁਨੀਆਦਾਰੀ ਬਾਰੇ ਪਤਾ ਹੈ, ਉਹ ਸਟ੍ਰਾਬੈਰੀ ਦੀ ਖੇਤੀ ਵੱਲ ਜ਼ਰੂਰ ਝੁਕਾ ਦੇਣ। ਇਹੀ ਇਹਨਾਂ ਦੀ ਪ੍ਰੇਰਣਾ ਹੈ, ਕਿਉਂਕਿ ਮਿਹਨਤੀ ਜਿਹੜਾ ਉਹ ਰੰਗ ਲਿਆਊਗੀ। 70-75 ਹਜ਼ਾਰ ਕਨਾਲ ਤੋਂ ਸਟਾਰਟ ਕਰਕੇ ਅਸੀਂ ਜਿਹੜਾ ਅੱਗੇ ਵੱਧ ਸਕਦੇ ਹਾਂ। ਇੱਧਰ ਜਿਹੜਾ ਲੱਖਾਂ ਰੁਪਏ ਦੀ ਜਿਹੜੀ ਇਹਦੀ ਬੰਪਰ ਫਸਲ ਜਿਹੜੀ ਉਹ ਪੈਦਾ ਹੋਣੀ ਆ। ਅੱਜ ਅਸੀਂ ਦੇਖਦੇ ਹਾਂ ਜਸਪ੍ਰੀਤ ਸਿੰਘ ਚੀਮਾ ਦੇ ਖੇਤ 'ਚ ਕਿਸ ਤਰ੍ਹਾਂ ਕਿੱਡੀ ਸੋਹਣੀ ਪੈਕਿੰਗ ਕੀਤੀ ਹੋਈ ਆ। ਇਹ ਜਿਹੜੀ ਪੈਕਿੰਗ ਆ, ਪਹਿਲੀ ਵਾਰ ਸਾਨੂੰ ਖੁਦ ਜਿਹੜੀ ਮਾਰਕੀਟਿੰਗ ਕਰਨ ਲਈ ਉੱਦਮ ਕਰਨਾ ਪੈਂਦਾ। ਫਿਰ ਤਾਂ ਉਹ ਜਿਹੜੇ ਜਿੰਨੇ ਵੀ ਆੜ੍ਹਤੀਏ ਹੈਗੇ ਆ, ਜਿੰਨੇ ਵੀ ਸਿਆਲ 'ਚ ਸਾਡੇ ਸਮਾਗਮ ਬਹੁਤ ਜ਼ਿਆਦਾ ਹੁੰਦੇ ਆ, ਉਹ ਸਾਰੇ ਆਪਣੇ ਆਪ ਹੀ ਕਿਸਾਨ ਨਾਲ ਸੰਪਰਕ ਕਰ ਲੈਂਦੇ ਆ। ਇਸ ਕਰਕੇ ਹਰੇਕ ਕਿਸਾਨ ਨੂੰ ਉੱਦਮ ਕਰਨ ਦੀ ਲੋੜ ਆ। ਸਿਰਫ ਜੇਕਰ ਉਹ ਇੱਕ ਇਹਦਾ ਹਟਵੀਆਂ ਖੇਤੀਆਂ ਕਰਨ ਵਾਲ ਅੱਗੇ ਆ ਜਾਵੇ, ਸਫਲ ਹੋ ਜਾਵੇ, ਤਾਂ ਉਸਦੀ ਕਮਾਈ ਵਿਦੇਸ਼ਾਂ ਨਾਲੋਂ ਵੀ ਵੱਧ ਹੋਈ। ਇਹੀ ਚੀਮਾ ਪਰਿਵਾਰ ਨੇ ਅੱਜ ਕਰਕੇ ਦਿਖਾਇਆ। ਆਓ, ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਨੂੰ ਅਜਿਹੇ ਉੱਦਮੀ ਕਿਸਾਨਾਂ ਨਾਲ ਮਿਲਾਉਂਦੇ ਰਹਾਂਗੇ। ਧੰਨਵਾਦ।